ਭਾਈ ਆਵੇ ਜੀ, ਦਲਵੰਡੀ ਭਾਈ ਆਵੇ। ਨਾਲ ਹੀ ਪੰਬੇ ਲੰਡੇ ਵਾਲਾ ਪਿੰਡਾਂ ਜਿੰਨੇ ਜੱਫੇ ਲਾਵੇਗਾ। ਗੁਰਪ੍ਰੀਤ ਸਾਡੇ ਨਿਊਜ਼ੀਲੈਂਡ ਵਾਲੇ ਅਨਾਉਂਸ ਕਰਾਉਂਦੇ ਨੇ ਹਰੇਕ ਜੱਫੇ ਤੇ 500 ਰੁਪਇਆ ਦਿੱਤਾ ਜਾਵੇਗਾ। ਨਾਲ ਹੀ ਮਾਲਾ ਖੁਰ ਤੇ ਕਿਸ਼ਨਪੁਰ ਆਵੇ, ਮਾਨੂ ਕੇ ਗਿੱਲ ਤੇ ਬਘੇਲੇ ਵਾਲਾ ਮਨਸੂਰਵਾਲ ਤੇ ਦੋਦਰ ਲੰਡੇ ਕਿਹਨੇ ਖੇਡਣਾ ਹੈ? ਹਰੀਦਾਸ ਕਲੱਬ ਤਲਵੰਡੀ ਹਾਂਜੀ। ਤਲਵੰਡੀ ਭਾਈ ਨੂੰ 30 ਸਕਿੰਟ ਦਿੱਤੇ ਜਾਂਦੇ ਆ ਜੀ। ਤਲਵੰਡੀ ਤਲਵੰਡੀ ਟੀਮ ਪਹੁੰਚ ਗਈ ਕਰਾਓ ਮੈਚ। ਦੋਵੇਂ ਟੀਮਾਂ ਪੁੱਜੀਆਂ ਹੋਈਆਂ ਨੇ, ਸਮੁੱਚੀਆਂ ਟੀਮਾਂ ਪੁੱਜਣ ਜੀ। ਨਾਲ ਹੀ ਮਾਨੂ ਕੇ ਗਿੱਲ ਤੇ ਬਘੇਲੇ ਵਾਲਾ ਆਵੇ। ਮਾਲੇ ਖੁਰਦਾ ਤੇ ਕਿਸ਼ਨਪੁਰੀ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਇਸ ਮੁਕਾਬਲੇ ਤੋਂ ਬਾਅਦ। ਮਾਲਾ ਖੁਰ ਤੇ ਕਿਸ਼ਨਪੁਰਾ, ਮਾਨੂ ਕੇ ਗਿੱਲ ਤੇ ਦੋਦਰ, ਮਾਨੂ ਕੇ ਗਿੱਲ ਤੇ ਬਘੇਲੇ ਵਾਲਾ ਮਨਸੂਰਵਾਲ ਬੀਰ ਤੇ ਦੋਦਰ ਨੇ ਖੇਡਣਾ ਹੈ। ਜਿਵੇਂ ਜਿਵੇਂ ਅਸੀਂ ਅਨਾਉਂਸ ਕਰਾਂਗੇ ਟੀਮਾਂ ਪੁੱਜਣੀਆਂ ਚਾਹੀਦੀਆਂ ਨੇ। ਹੈਲੋ ਤਲਵੰਡੀ ਭਾਈ ਤੇ ਪੰਬਾ ਲੰਡਾ ਪੁੱਜੀ ਹੋਈ ਹੈ। ਹੈਲੋ ਹਾਂਜੀ, ਇਸ ਮੈਚ ਪੰਬੇ ਲੰਡੇ ਦੀ ਪਹਿਲੀ ਰੇਡ ਆਊਗੀ ਜੀ। ਜਿਹੜੀ ਟੀਮ ਖੇਡ ਮੈਦਾਨ ਵਿੱਚ ਪਹਿਲਾਂ ਪੁੱਜੇਗੀ ਪਹਿਲੀ ਇੱਕ ਬਦੀ ਹੋਵੇਗੀ। ਟੀਮਾਂ ਧਿਆਨ ਦੇਣ। ਹੈਲੋ ਹਾਂਜੀ, ਬਿੱਲਾ ਖਖਰਾਣਾ ਜਿੱਥੇ ਵੀ ਆਏ ਸਟੇਜ ਤੇ ਪਹੁੰਚੇ ਜੀ, ਬਿੱਲਾ ਖਖਰਾਣਾ। ਤਲਵੰਡੀ ਭਾਈ ਤੇ ਪੰਬੇ ਲੰਡੇ ਦੇ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ। ਨਾਲ ਹੀ ਦੋਦਰ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਵਿੱਚ ਪੁੱਜੇ। ਨਾਲ ਹੀ ਮਾਲਾ ਖੁਰ ਤੇ ਕਿਸ਼ਨਪੁਰਾ ਆਵੇ,
ਮਾਲਾ ਖੁਰਦ ਤੇ ਕਿਸ਼ਨਪੁਰਾ ਆਵੇ ਟੀਮ ਮਨਸੂਰਵਾਲ ਤੇ ਦੋਧਰ ਵੀ ਜਲਦੀ ਨਾਲ ਲਾਂਡੇ ਕਿਹਨੇ ਖੇਡਣਾ ਹੈ ਹਰੀਦਾਸ ਕਲੱਬ ਤਲਵੰਡੀ ਭਾਈ ਦੇ ਨਾਲ ਨਾਲ ਹੀ ਇਸ ਵੇਲੇ ਟੀਮ ਭੰਬੇ ਲਾਂਡੇ ਦੀ ਹੱਥ ਖੜਾ ਕਰਦੀ ਕਿਧਰਲੀ ਸਾਈਡ ਭੰਬਾ ਲਾਂਡਾ ਭੰਬੇ ਲਾਂਡੇ ਦੀ ਟੀਮ ਹੋ ਗਈ ਇਸ ਵੇਲੇ ਚੜ੍ਹਦੇ ਵਾਲੇ ਪਾਸੇ ਲੈਣ ਦੇ ਵੇਲੇ ਸਾਹਿਲ ਟੀਮ ਤਲਵੰਡੀ ਭਾਈ ਦੀ ਹੋ ਗਈ ਹੈ ਹਰੇਕ ਅੰਕ ਦੇ ਸਾਡੇ ਗੁਰਪ੍ਰੀਤ ਨਿਊਜ਼ੀਲੈਂਡ ਵੱਲੋਂ ਬੜੇ ਮਾਣ ਪੁੱਜਣਗੇ ਆਪਾਂ ਧੰਨਵਾਦ ਕਰਾਂਗੇ ਐਂਟਰ ਨਹੀਂ ਕੀਤੀ ਜਾਣੀ ਇਸ ਤੋਂ ਬਾਅਦ ਕੋਈ ਵੀ ਟੀਮ ਐਂਟਰ ਨਹੀਂ ਕੀਤੀ ਜਾਣਗੀ ਨਾਲ ਹੀ ਬਜੇ ਵੀਰੇ ਤਿੰਨ ਖਿਡਾਰੀ ਭੰਬੇ ਲੰਡ ਦੇ ਪਹਿਲਾਂ ਆਏ ਨੇ ਸਾਡੇ ਕਲੱਬ ਵਾਲੇ ਵੀਰ ਕਹਿੰਦੇ ਨੇ ਭੰਬੇ ਲੰਡ ਦੀ ਪਹਿਲੀ ਇੱਕ ਬਜੀ ਹੈ ਬਾਈ ਜੀ ਕੋਈ ਗੱਲ ਨੀ ਬਾਈ ਨਾਲ ਹੀ ਮਾਲਾ ਖੁਰ ਤੇ ਕਿਸ਼ਨਪੁਰਾ ਆਵੇ ਮਾਲਾ ਖੁਰ ਤੇ ਕਿਸ਼ਨਪੁਰਾ ਆਵੇ ਜੀ ਨਾਲ ਹੀ ਅੱਗੇ ਤੋਂ ਖਿਡਾਰੀ ਧਿਆਨ ਦੇਣ ਜੇਕਰ ਸਮੁੱਚੀ ਟੀਮ ਪਹਿਲਾਂ ਪੁੱਜੇਗੀ ਪਹਿਲੀ ਕਬੱਡੀ ਫਿਰ ਦਿੱਤੀ ਜਾਵੇਗੀ ਇੱਕ ਖਿਡਾਰੀ ਦੀ ਕੋਈ ਕਬੱਡੀ ਨਹੀਂ ਹੋਵੇਗੀ ਸਮੁੱਚੀ ਟੀਮ ਆਵੇ ਨਾਲ ਹੀ ਮਾਰੋ ਜੀ ਫਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ ਨਾਲ ਹੀ ਸਾਡੇ ਕਲੱਬ ਵਾਲੇ ਵੀਰ ਕਹਿੰਦੇ ਨੇ ਕਿ ਵਿਅਕਤੀਗਤ ਕੋਈ ਵੀ ਗੇਮ ਨਹੀਂ ਕਰਵਾਈ ਜਾਵੇਗੀ ਜਿਹੜੀ ਪੂਰੀ ਟੀਮ ਪਹੁੰਚੀ ਸੀ ਉਹਨੂੰ ਪਹਿਲੀ ਵਾਰ ਦਿੱਤੀ ਜਾਣੀ ਹੈ ਇੱਕ ਖਿਡਾਰੀ ਨੇ ਪਹੁੰਚਣ ਦਾ ਕਿਸੇ ਪਹਿਲੀ ਵਾਰ ਮਿਲਣੀ ਹੈਲੋ ਬਾਈ ਜਿਹੜੀ ਟੀਮ ਪਹਿਲਾਂ ਆਊਗੀ ਉਹਨੂੰ ਪਹਿਲਾਂ ਰੇਡ ਦਿੱਤੀ ਜਾਊਗੀ ਇਸ ਵੇਲੇ ਪਹਿਲੀ ਕਬੱਡੀ ਭੀਮ ਮੇਰੇ ਵੀਰੋ ਭੰਬੇ ਲੈਂਦੇ ਦੀ ਧਰਤੀ ਦਾ ਦੇਖਦੇ ਆ ਵੀ ਐਨ ਵੱਜਦੇ ਹੋਏ ਧੱਕੇ ਤੇ ਨਾਲ ਹੀ ਇੱਕ ਪਹਿਲੇ ਡੇਢ ਅੰਕ ਦਾ ਆਪਣੀ ਟੀਮ ਦੇ ਖਾਤੇ ਵਿੱਚ ਜੋਰਦਾਰ ਭੀਮ ਭੰਬੇ ਲੈਂਦੇ ਵਾਲਾ ਅਗਲੀ ਕਬੱਡੀ ਕੁਲਜੀਤੇ ਨੇ ਪਾ ਦਿੱਤੀ ਹੈ ਇੱਥੇ ਵੀ ਕੁਲਜੀਤਾ ਮਰਸੀਆਂ ਦੀ ਧਰਤੀ ਦਾ ਮਸ਼ਹੂਰ ਹੋਇਆ ਇਸ ਵੇਲੇ ਕੁਲਜੀਤਾ ਨੌਜਵਾਨ ਤਲਵੰਡੀ ਭਾਈ ਪਿੰਡ ਦਾ ਕਬੱਡੀ ਪਾਉਂਦਾ ਏ ਦੇਖਦੇ ਆ ਵੀ ਚਾਰ ਜਾਫੀ ਨੇ ਪਿੰਡੇ ਨੇ ਕੀਤੀ ਕੋਸ਼ਿਸ਼ ਹੈ 500 ਰੁਪਇਆ ਹੋਵੇਗਾ ਸਾਡੇ ਨਿਊਜ਼ੀਲੈਂਡ ਵਾਲੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਜੇਕਰ ਪਿੰਡਾ ਜਫਾ ਲਾਵੇਗਾ 500 ਰੁਪਇਆ ਹੋ ਗਿਆ ਪਿੰਡੇ ਦੇ ਖਾਤੇ ਵਿੱਚ ਨਿਊਜ਼ੀਲੈਂਡ ਵਾਲੇ ਸਾਡੇ ਵੱਡੇ ਮਾਣ ਭੇਜਦੇ ਆਪਾਂ ਧੰਨਵਾਦ ਕਰਦੇ ਹਾਂ ਚੜਿੱਕ ਦਾ ਕਬੱਡੀ 65 ਕਿਲੋ ਵਰਗ ਦਾ ਇੱਕ ਖਿਡਾਰੀ ਪਲੀਜ਼ ਬੇਨਤੀ ਹੈ ਜ਼ਰੂਰ ਸਟੇਜ ਤੇ ਆ ਕੇ ਮਿਲੇ ਇੱਕ ਪਾਸੇ ਨੌਜਵਾਨ ਕਹਿ ਲਈਏ ਨਾਲ ਹੀ ਜੇਕਰ ਦੀਕਾ ਚੰਦ ਜਫਾ ਲਾਵੇਗਾ ਗੋੜਾ ਸਾਡਾ ਵੀਰ ਕਹਿੰਦਾ ਕਿ 100 ਰੁਪਇਆ ਦਿੱਤਾ ਜਾਵੇਗਾ ਹਰੇਕ ਅੰਕ ਤੇ ਅਗਲੀ ਕਬੱਡੀ ਨੌਜਵਾਨ ਕਹਿ ਲਈਏ ਗਿੱਲ ਕਬੱਡੀ ਪਾਉਣ ਦੀ ਪੂਰੀ ਤਿਆਰੀ ਫੜਦਾ ਏ ਤਲਵੰਡੀ ਭਾਈ ਪਿੰਡ ਦਾ ਗਿੱਲ ਮੇਰੇ ਵੀਰੋ ਟੇਕ ਧਰਤੀ ਮਾਂ ਨੂੰ ਮੱਥਾ ਪਾਈ ਹੋਈ ਕਬੱਡੀ ਹੈ ਨੌਜਵਾਨ ਦੀ ਫੜੀ ਹੋਈ ਤਿਆਰੀ ਹੈ ਕਿ ਪਿੰਡ ਜਾਣ ਦੀ ਮੁੰਡਾ ਕਰਦਾ ਫਿਰੇ ਤਿਆਰੀ
ਇੱਕ ਪਾਸੇ ਗਿੱਲ ਦੀ ਪਾਈ ਹੋਈ ਕਬੱਡੀ ਹੈ, ਦੇਖਦੇ ਵੀ ਚਾਰ ਜਾਫੀ ਨੇ ਭੰਬੇ ਲੈਂਦੇ ਪਿੰਡ ਦੇ, ਇੱਕ ਪਾਸੇ ਪਿੰਡਾਂ ਮੇਰੇ ਵੀ ਦੁਨੀਆ ਦਾ ਸਟਾਰ ਖਿਡਾਰੀ ਹੈ ਕੁਲਵਿੰਦਰ ਵਰਗੇ ਗੁਰਵਿੰਦਰ ਵਰਗੇ, ਦੇਖਦੇ ਵੀ ਕਿਹੜਾ ਨੌਜਵਾਨ ਬਾਅਦ ਕੋਸ਼ਿਸ਼ ਕਰੇਗਾ ਕਿ ਚੱਕੀ ਦੇ ਉੱਪਰ ਵਰਗੀ ਛਾਤੀ ਜਿਗਰੇ ਕਰ ਦਿੰਦੇ, ਜੂੰਝ ਜੂੰਝ ਕੇ ਹੰਧਿਆਂ ਨੂੰ ਟੱਚ ਕਰਦੇ ਭਰ ਦਿੰਦੇ, ਇੱਕ ਪਾਸੇ ਨੌਜਵਾਨ ਜੂੰਝੇ, ਦੇਖਦੇ ਵੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਐਨ ਭਰੀਆਂ ਹੋਈਆਂ ਬਗਲਾਂ ਨੇ ਕਿ ਕਬੱਡੀ ਵਿੱਚ ਸ਼ੇਰ ਖਵਾਉਂਦਾ ਫਰੰਦੇਪੁਰ ਦਾ ਗੋਪੀ ਬਹੁਤਾ ਚੜ੍ਹਦੀ ਪੁੱਠੀ ਕੀਤੀ ਹੈ ਨੌਜਵਾਨ ਨੇ ਟੋਪੀ ਪੁੱਠੀ ਕੀਤੀ ਹੈ। ਅਗਲੀ ਕਬੱਡੀ ਭੀਮ ਮੇਰੇ ਵੀਰੋ ਕਬੱਡੀ ਪਾਉਣ ਦੀ ਤਿਆਰੀ ਫੜਦੇ, ਕਹਿ ਲਈਏ ਮਾਣੂ ਕਹਿੰਦੇ ਧਰਤੀ ਦਾ ਭੀਮ ਦੁਨੀਆ ਦਾ ਸਟਾਰ ਖਿਡਾਰੀ ਹੈ, ਇੱਕ ਕਹਿ ਲਈਏ ਭੀਮ ਮਹਾ ਭੰਬੇ ਲੰਡੇ ਦੀ ਧਰਤੀ ਦਾ ਐਨ ਗੁੰਦੇ ਸਰੀਰ ਦਾ ਮਾਲਕ ਭਰਮਾ ਜੁੱਸਾ ਨੌਜਵਾਨ ਦਾ ਪਾਈ ਹੋਈ ਕਬੱਡੀ ਹੈ ਤੇ ਨੌਜਵਾਨ ਕਹਿ ਲਈਏ ਤਲਵੰਡੀ ਭਾਈ ਪਿੰਡ ਦਾ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਤੇ ਨਾਲ ਹੀ ਪੱਟੀ ਹੋਈ ਖੁੱਚ ਲੱਗੇ ਹੋਏ ਜ਼ੋਰ ਹੈ ਕਿ ਮੈਨੂੰ ਖਿੱਚ ਲਿਆ ਵੈ ਰਹੀ ਹੈ, ਖਿੱਚ ਲਿਆ ਚਬਾਰੇ ਵਿੱਚੋਂ ਬਾਂਹ ਫੜ ਕੇ ਨੌਜਵਾਨ ਟੀਮ ਆਪਣੀ ਟੀਮ ਦੇ ਖਾਤੇ ਵਿੱਚ ਨਾਲ ਹੀ ਮਾਲਾ ਖੁਰਦ ਤੇ ਕਿਸ਼ਨਪੁਰ ਆਵੇ, ਮਾਲਾ ਖੁਰਦ ਤੇ ਕਿਸ਼ਨਪੁਰ ਆਵੇ, ਇਸ ਵੇਲੇ ਕੁਲਜੀਤੇ ਦੀ ਪਾਈ ਹੋਈ ਕਬੱਡੀ ਹੈ, ਗੋਰਾ ਮਸ਼ੋਰਾ ਰੰਗ ਹੈ ਕਿ ਲਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਸਾਨਾ ਵਾਲੇ ਭੇੜਾਂ ਵਿੱਚ, ਤਾਕਤਾਂ ਨੇ ਗੁਰਜੀਆਂ 500 ਰੁਪਇਆ ਹੋਰ ਆ ਗਿਆ ਜੀ ਸਾਡੇ ਨਿਊਜ਼ੀਲੈਂਡ ਵਾਲੇ ਗੁਰਪ੍ਰੀਤ ਸਿੰਘ ਜੀ ਅਨਾਊਂਸ ਕਰਦੇ ਨੇ ਕਿ 500 ਰੁਪਇਆ 1000 ਰੁਪਇਆ ਹੋ ਗਏ ਸਾਡੇ ਪਿੰਡੇ ਵਿੱਚ। ਅਗਲੀ ਕਬੱਡੀ ਨੌਜਵਾਨ ਖੇਡ ਮੈਦਾਨਾਂ ਵਿੱਚ ਕਮਲ ਕਬੱਡੀ ਪਾਉਂਦਾ ਹੈ, ਭੰਬੇ ਲੰਡੇ ਪਿੰਡ ਦੇ ਕਮਲ ਦੀ ਪਾਈ ਹੋਈ ਕਬੱਡੀ ਹੈ, ਐਨ ਕਹਿ ਲਈਏ ਭਰਮਾ ਜੁੱਸਾ ਇੱਕ ਪਾਸੇ, ਦੀਨਾ ਕਹਿ ਲਈਏ ਚੰਦਰ ਨੌਜਵਾਨ ਵੱਧ ਕੋਸ਼ਿਸ਼ ਕਰਦਾ ਹੈ ਤੇ ਨਾਲ ਹੀ ਕਮਲ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਕਿਸ਼ਨਪੁਰਾ ਤੇ ਮਾਲਾ ਖੁਰਦ ਆਵੇ, ਕਿਸ਼ਨਪੁਰਾ ਤੇ ਮਾਲਾ ਖੁਰਦ ਆਵੇ ਜੀ, ਲਾਸਟ ਕਾਲ ਹੈ ਇਸ ਮੁਕਾਬਲੇ ਤੋਂ। ਵੱਡੇ ਵੀ ਦੱਸਿਓ ਟੀਮ ਭੰਬੇ ਲੰਡੇ ਦੀ ਜੇਤੂ ਹੈ, ਵੱਡੇ ਭਾਈ ਨੋਟ ਕਰਿਓ ਭੰਬਾ ਲੰਡਾ ਜੇਤੂ ਹੈ, ਨਾਲ ਹੀ 1000 ਰੁਪਇਆ ਲੈ ਜਾਓ ਜੀ ਸਾਡੇ ਗੁਰਪ੍ਰੀਤ ਸਿੰਘ ਜੀ ਨਿਊਜ਼ੀਲੈਂਡ ਪਿੰਡ ਲਈ 1000 ਰੁਪਇਆ ਪੁੱਜਾ ਕਰਦੇ ਨੇ, ਨਾਲ ਹੀ ਟੀਮ ਮਾਲਾ ਖੁਰਦੇ ਕਿਸ਼ਨਪੁਰ ਆਵੇ। ਨਾਲ ਹੀ ਚੜਿਕਦੀ ਟੀਮ ਧਿਆਨ ਦੇਵੇ ਜੀ, ਚੂੜ ਚੱਕਦੇ ਦੋ ਖਿਡਾਰੀਆਂ ਦਾ ਕਹਿੰਦੇ ਸਾਡੇ ਕਲੱਬ ਵਾਲੀ ਵੀਰ ਕਹਿੰਦੇ ਨੇ ਵੇਟ ਵੱਧ ਸੀ, ਚੂੜ ਚੱਕਦੀ ਟੀਮ ਕੱਟਾਂਗੇ, ਚੜਿਕਦੀ ਟੀਮ ਨੂੰ ਵਾਕ ਬੋਲੇ, ਚੜਿਕਦੀ ਟੀਮ ਜਿੱਤ ਗਈ ਹੈ। ਨਾਲ ਹੀ ਟੀਮ ਮਾਲੇ ਖੁਰਦ ਦੀ ਇਸ ਵੇਲੇ ਹੱਥ ਖੜਾ ਕਰ ਜੇਕਰ ਪੁੱਜੀ ਹੋਈ ਹੈ, ਟੀਮ ਮਾਲਾ ਖੁਰਦ ਜੀ ਮਾਲੇ ਖੁਰਦ ਦਾ ਇੰਤਜ਼ਾਰ ਹੈ, ਕਿਸ਼ਨਪੁਰਾ ਪੁੱਜੀ ਹੋਈ ਹੈ, ਕਿਸ਼ਨਪੁਰਾ ਹੱਥ ਖੜਾ ਕਰ ਜੀ, ਕਿਸ਼ਨਪੁਰਾ ਮਾਲਾ ਖੁਰਦ ਆਵੇ, ਮਾਲੇ ਖੁਰਦ ਦਾ ਇੰਤਜ਼ਾਰ ਹੈ। ਨਾਲ ਹੀ ਮਨਸੂਰ ਵੱਲ ਵੀ ਤੇ ਦੋਦਰ ਦੀਆਂ ਟੀਮਾਂ ਪੁੱਜਣ ਲੰਡੇ ਕਿਤੇ ਹਰੀਦਾਸ ਕਲੱਬ ਤਲਵੰਡੀ ਭਾਈ ਆਵੇ, ਜੱਗਾ ਚਹਿਲ ਸਾਡਾ ਵੀਰ ਉਹ ਵੀ ਪਾਣੀ ਦਾ ਛਿੜਕਾਅ ਕਰ ਦੇਵੇ ਖੇਡ ਮੈਦਾਨਾਂ ਵਿੱਚ। ਨਾਲ ਹੀ ਕਿਸ਼ਨਪੁਰਾ ਪੁੱਜੀ ਹੋਈ ਹੈ, ਮਾਲਾ ਖੁਰਦ ਆਵੇ, 1 ਮਿੰਟ ਦਾ ਸਮਾਂ ਹੈ, ਟੀਮ ਕੱਟਾਂਗੇ, 1 ਮਿੰਟ ਤੋਂ ਬਾਅਦ ਮਾਲਾ ਖੁਰਦ ਆਵੇ ਜੀ। ਹਾਂਜੀ ਇਹ ਤੋਂ ਅਗਲੀਆਂ ਟੀਮਾਂ ਮਾਣੂਗੇ ਗੈਲ ਤੇ ਬਾਬਾ ਸਾਹਿਬ ਲਾਜਮਨ ਬਘੇਲਿਆ ਪਹੁੰਚੇ। ਹੈਲੋ
ਬਘੇਲਿਆਂ ਦੇ 65 ਕਿਲੋ ਮੈਚ ਓਪਨ ਦੇ ਪਹਿਲੇ ਰਾਊਂਡ ਤੋਂ ਬਾਅਦ ਹੋਏਗਾ ਜੀ। ਨਾਲ ਹੀ ਮਨਸੂਰਵਾਲ ਤੇ ਦੁੱਧ ਰਾਵੇ, ਮਨਸੂਰਵਾਲ ਤੇ ਦੁੱਧ ਰਾਵੇ ਦੋਹੇ ਟੀਮਾਂ ਦਾ ਇੰਤਜ਼ਾਰ ਹੋ ਰਿਹਾ ਹੈ ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ ਨਾਲ ਹੀ ਕਿਸ਼ਨਪੁਰਾ ਪੁੱਜੀ ਹੋਈ ਹੈ ਮਾਲਾ ਖੁਰਦ ਹੱਥਗੜਾ ਕਰਦੀ ਮਾਲਾ ਖੁਰਦ ਮਾਈਕ ਤੇ ਸਾਡਾ ਵੀਰ ਅਮਰੀਕ ਵੀ ਆਵੇ ਖੋਸੇ ਕੋਟਲੇ ਪਿੰਡ ਦਾ ਅਮਰੀਕ ਆਵੇ ਜੀ ਮਾਈਕ ਤੇ ਮਾਲਾ ਖੁਰਦ ਮਾਲਾ ਖੁਰਦ ਹੱਥਗੜਾ ਕਰਦੀ ਮਾਲਾ ਖੁਰਦ ਕੱਟਣ ਜਾ ਰਿਹਾ ਮਾਲਾ ਖੁਰਦ ਟੀਮ ਕਿਤੇ ਨਜ਼ਰ ਨਹੀਂ ਪੈਂਦੀ ਮਾਲਾ ਖੁਰਦ ਆਵੇ ਜਲਦੀ ਨਾਲ ਹੀ ਮਨਸੂਰਵਾਲ ਤੇ ਦੁੱਧ ਰਾਵੇ ਲੰਡੇ ਕਿਤੇ ਹਰੀਦਾਸ ਕਲੱਬ ਤਲਵੰਡੀ ਭਾਈ ਗੱਜਣਵਾਲਾ ਤੇ ਆਜ਼ਾਦ ਕਲੱਬ ਘੱਲ ਕਲਾਂ ਫਰੀਦਕੋਟ ਤੇ ਘੱਲ ਕਲਾਂ ਬੀ ਦੱਦਾਹੂਰ ਤੇ ਬਣੇ ਏ ਸਨੇਰ ਤੇ ਭਲੂਰ ਰੌਲੀ ਤੇ ਰੱਜੀਵਾਲ ਨੇ ਖੇਡਣਾ ਏ ਲੋਹਾਮ ਤੇ ਡਰੋਲੀ ਭਾਈ ਭਗਤਾ ਭਾਈਕਾ ਤੇ ਕੋਟ ਕਰੋੜ ਮਾਲਾ ਏ ਤੇ ਸੁਰ ਸਿੰਘ ਵਾਲਾ ਬੰਗੇਲਾ ਏ ਤੇ ਡਗਰੂ ਸਾਫੂ ਵਾਲਾ ਤੇ ਮਲਕ ਵਰੇ ਤੇ ਹਰਗੋਬਿੰਦ ਜਗਰੂ ਮਾਨੂ ਕੇ ਗਿੱਲ ਤੇ ਬਘੇਲੇ ਵਾਲਾ ਟੀਮਾਂ ਧਿਆਨ ਦੇਣ ਜਲਦੀ ਨਾਲ ਨਾਲ ਹੀ ਮਾਲਾ ਖੁਰਦ ਆਵੇ ਜੀ ਹੱਥ ਖੜਾ ਕਰੇ ਮਾਲਾ ਖੁਰਦ ਜੇਕਰ ਪੁੱਜੀ ਹੋਈ ਹੈ ਮਨਸੂਰਵਾਲ ਤੇ ਦੁੱਧ ਰਾਵੇ ਅਮਨਾ ਲੋਪੋਵਾਲਾ ਸਾਡਾ ਵੀਰ ਮਾਈਕ ਤੇ ਆਵੇ ਅਮਨਾ ਲੋਪੋਵਾਲਾ ਜੀ ਮਨਸੂਰਵਾਲ ਤੇ ਦੋਦਲ ਦੀਆਂ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਏ ਲੰਡੇ ਕੇ ਤੇ ਹਰਿਦਾਸ ਕਲੱਬ ਤਲਵੰਡੀ ਲੰਡੇ ਕੇ ਤੇ ਹਰਿਦਾਸ ਕਲੱਬ ਤਲਵੰਡੀ ਭਜਦੀਆਂ ਟੀਮਾਂ ਗੱਜਣਵਾਲਾ ਦੇ ਯਾਦ ਕਲੱਬ ਘੱਲ ਕਲਾਂ ਨਾਲ ਹੀ ਅਮਨਾ ਲੋਪੋਵਾਲਾ ਮਾਈਕ ਤੇ ਆਵੇ ਜੀ ਮਾਲੇ ਖੁਰ ਦਾ ਇੰਤਜ਼ਾਰ ਹੋ ਰਿਹਾ ਬੜੇ ਬਾਈ ਠੀਕ ਹੈ ਜੀ ਵਾਕ ਓਵਰ ਟੀਮ ਜਾ ਸਕਦੀ ਹੈ ਸ਼ੈਂਟੀਪੁਰੇ ਜਾ ਸਕਦੀ ਹੈ ਟੀਮ ਕਿਸ਼ਨਪੁਰੇ ਦੀ ਮਨਸੂਰਵਾਲ ਤੇ ਦੋਦਲ ਦੀਆਂ ਟੀਮਾਂ ਨੂੰ ਲਾਸਟ ਕਾਲ ਹੈ ਮਨਸੂਰਵਾਲ ਤੇ ਦੋਦਲ ਦੀਆਂ ਟੀਮਾਂ ਨੂੰ ਲਾਸਟ ਕਾਲ ਹੈ ਇੱਕ ਮਿੰਟ ਦਾ ਸਮਾਂ ਦੇਵਾਂਗੇ ਹੱਥ ਕਿਹੜਾ ਕਰੇ ਜੀ ਦੋਦਲ ਮਨਸੂਰਵਾਲ ਜੀ ਦੋਦਲ ਜੀ ਮਨਸੂਰਵਾਲ ਪੁੱਜੀ ਹੋਈ ਹੈ ਦੋਦਲ ਆਵੇ ਦੋਦਲ ਨੂੰ ਲਾਸਟ ਕਾਲ ਹੈ ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ ਗੱਜਣਵਾਲਾ ਤੇ ਆਜ਼ਾਦ ਕਲੱਬ ਘੱਲ ਕਲਾਂ ਅਮਨਾ ਸਾਡਾ ਵੀ ਰਾਵੇ ਮਾਈਕ ਤੇ ਅਮਨਾ ਜੀ ਲਿਖਾ ਕੇ ਗਿਆ ਆਵੇ ਆਵੇ ਮਾਲਾ ਇਹ ਨਹੀਂ ਲਿਖਿਆ
ਇਸ ਵੇਲੇ ਮਨਸੂਰ ਵੱਲ ਪੁੱਜੀ ਹੋਈ ਹੈ ਦੋਦਰ ਦੀ ਟੀਮ ਨੂੰ। ਇੱਕ ਮਿੰਟ ਦਾ ਸਮਾਂ ਹੈ, ਇੱਕ ਮਿੰਟ ਤੋਂ ਬਾਅਦ ਟੀਮ ਦੋਦਰ ਦੀ ਕੱਟਾਂਗੇ। ਖਿਡਾਰੀ ਧਿਆਨ ਦੇਣ, ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ ਆਵੇ, ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ ਦਾ ਇੰਤਜ਼ਾਰ ਹੈ। ਅਮਰੀਕ ਬਜੇ ਬਾਈ ਨਿੰਮੇ ਹੁਣੀ ਯਾਦ ਕਰਦੇ ਨੇ, ਅਮਰੀਕ ਮਿਲ ਰਹੇ ਨਿੰਮੇ ਬਾਈ ਨੂੰ। ਨਾਲ ਹੀ ਮਨਸੂਰ ਵੱਲ ਪੁੱਜੀ ਹੋਈ ਹੈ, ਦੋਦਰ ਦੀ ਟੀਮ ਕੱਟਣ ਜਾ ਰਹੇ ਜੀ। ਦੋਦਰ ਦੀ ਟੀਮ ਕੱਟਣ ਜਾ ਰਿਹਾ, ਦੋਦਰ ਜਲਦੀ ਨਾਲ ਆਵੇ। ਦੋਦਰ ਦੀ ਸਮੁੱਚੀ ਟੀਮ ਆਵੇ, ਇੱਕ ਖਿਡਾਰੀ ਪੁੱਜੇ ਹੋਏ। ਨਾਲ ਹੀ ਲੰਡੇ ਕੇ ਤੇ ਹਰੀਦਾਸ ਕਲੱਬ ਮਾਲਾ, ਇਸ ਵੇਲੇ ਤਲਵੰਡੀ ਭਾਈ ਆਵੇ, ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ। ਗੱਜਣ ਵਾਲਾ ਤੇ ਆਜ਼ਾਦ ਕਲੱਬ ਘੱਲ ਕਲਾਂ ਆਵੇ, ਫਰੀਦਕੋਟ ਦੇ ਘੱਲ ਕਲਾਂ ਬੀ ਆਵੇ ਜੀ। ਦੋਦਰ ਪਹੁੰਚ ਗਈ ਜੀ, ਨਾਲ ਹੀ ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ। ਲਾਸਟ ਗੱਲ, ਇੱਕ ਮਿੰਟ ਦਾ ਸਮਾਂ ਹੋਵੇਗਾ। ਗੱਜਣ ਵਾਲਾ ਤੇ ਯਾਦ ਕਲੱਬ ਘੱਲ ਕਲਾਂ ਹਾਂਜੀ। ਦੋਦਰ ਵਾਲੇ ਆਪਣੀ ਐਂਟਰੀ ਫੀ ਜਮ੍ਹਾਂ ਕਰਾ ਦੇਣ ਜੀ। ਦੋਦਰ ਵਾਲੇ ਲੰਡੇ ਕਹਿੰਦੇ ਹਰੀਦਾਸ ਕਲੱਬ ਅਗਲਾ ਮੈਚ ਜਿਹੜੀ ਆਉਣ ਟੀਮਾਂ ਜੀ, ਗੱਜਣ ਵਾਲਾ ਤੇ ਯਾਦ ਕਲੱਬ ਘੱਲ ਕਲਾਂ, ਬਾਬਾ ਫਰੀਦਕੋਟ ਕਲੱਬ, ਬਾਬਾ ਫਰੀਦ ਕਲੱਬ ਫਰੀਦਕੋਟ ਤੇ ਘੱਲ ਕਲਾਂ ਬੀ ਦੱਦਾ ਹੂਰ ਤੇ ਵਰੇ। ਲੰਡੇ ਕਿਤੇ ਹਰੀਦਾਸ ਕਲੱਬ ਤਲਵੰਡੀ ਭਾਈ ਆਵੇ। ਕਾਲੀ ਵਾਲੇ ਵੀਰ ਨੂੰ ਬੇਨਤੀ ਹੈ, ਨੌਜਵਾਨ ਲਾਈਨਾਂ ਮੱਧਮ ਪੈ ਗਈਆਂ ਨੇ, ਅਮਰੀਕ ਜਾਂ ਸਾਡੇ ਵੀਰ ਅਮਨਾ ਆਵੇ ਖੇਡ ਮੈਦਾਨ ਵਿੱਚ। ਅਮਰੀਕ ਜਾਂ ਅਮਨਾ ਆਵੇ ਜੀ, ਦੋਹਾਂ ਚੋਂ ਇੱਕ ਸਾਡੇ ਵੀਰ ਕਮੈਂਟੇਟਰ ਖੇਡ ਮੈਦਾਨ ਵਿੱਚ ਪੁੱਜੇ। ਨਾਲ ਹੀ ਲੰਡੇ ਕੇ ਪੁੱਜੀ ਹੋਈ ਹੈ, ਹਰੀਦਾਸ ਕਲੱਬ ਤਲਵੰਡੀ ਭਾਈ ਆਵੇ। ਲੰਡੇ ਕੇ ਪੁੱਜੀ ਹੋਈ ਤਲਵੰਡੀ ਭਾਈ ਜੀ, ਧੰਨਵਾਦ ਕਰਦੇ ਖਿਡਾਰੀਆਂ ਦਾ, ਸਮੇਂ ਦੀ ਕਦਰ ਕਰਦੇ ਹੋ, ਸੋਚਦੇ ਹੋਏ ਖਿਡਾਰੀ ਹੋ। ਨਾਲ ਹੀ ਗੱਜਣ ਵਾਲਾ ਤੇ ਆਜ਼ਾਦ ਕਲੱਬ ਘੱਲ ਕਲਾਂ ਆਵੇ, ਗੱਜਣ ਵਾਲਾ ਤੇ ਆਜ਼ਾਦ ਕਲੱਬ ਘੱਲ ਕਲਾਂ, ਫਰੀਦਕੋਟ ਤੇ ਘੱਲ ਕਲਾਂ ਬੀ ਜੀ। ਦਾਦਾ ਹੂਰ ਨੇ ਖੇਡਣਾ ਵਰੇ, ਇਹਦੇ ਨਾਲ ਸਨੇਰ ਤੇ ਭਲੂਰ, ਰੌਲੀ ਤੇ ਰੱਜੀ ਵਾਲਾ, ਲੋਹਾਮ ਤੇ ਡਰੋਲੀ ਏ, ਭਗਤਾ ਭਾਈਕਾ ਤੇ ਕੋਟ ਕਰੋੜ ਮਾਲਾ ਏ ਤੇ ਗੁਰਸੁਰ ਸਿੰਘ ਵਾਲਾ, ਮੰਗੇਲਾ ਏ ਤੇ ਡਗਰੂ, ਸਾਫੂ ਵਾਲਾ ਤੇ ਮਲਕ, ਵਰੇ ਏ
ਤੇ ਹਰਗੋਬਿੰਦ ਕਲੱਬ ਡਗਰੂ ਮਾਨੂ ਕੇ ਗਿੱਲ ਤੇ ਬੰਗੇਲਾ ਬੰਗੇਲੇ ਵਾਲਾ ਆਵੇ ਜੀ। ਇਸ ਵੇਲੇ ਮਾਰੋ ਜੀ ਵਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ। ਦੋਵੇਂ ਟੀਮਾਂ ਪਾਸੇ ਮਾਲੋ ਨੌਜਵਾਨੋ ਮਨਸੂਰਵਾਲ ਦੀ ਟੀਮ ਵੀ ਪੁੱਜੀ ਹੋਈ ਹੈ ਤੇ ਵਿਰੋਧੀ ਟੀਮ ਦੌਧਰ ਵੀ ਪੁੱਜੀ ਹੋਈ। ਆਪਾਂ ਧੰਨਵਾਦ ਕਰਦੇ ਹਾਂ ਸਾਡੇ ਲਾਲੀ ਹੋਣੀ ਗੁਰਪ੍ਰੀਤ ਹੋਣੀ ਵਧੀਆ ਖਿਡਾਰੀ ਨੇ ਸਿਕੰਦਰ ਚੜਿੱਕ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ। ਹੈਲੋ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ। ਬਾਬੇ ਸ਼ਹੀਦਾਂ ਦੀ ਯਾਦ ਵਿੱਚ ਬਘੇਲੇ ਪਿੰਡ ਦੇ ਵਿੱਚ ਕਰਵਾਇਆ ਜਾ ਰਿਹਾ ਇਹ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ। ਕਬੱਡੀ ਓਪਨ ਦੇ ਬਹੁਤ ਹੀ ਵਧੀਆ ਮੈਚ ਜਿਹੜੇ ਤੁਸੀਂ ਦੇਖ ਰਹੇ ਹੋ। ਇਸ ਲਈ ਜਿਹੜਾ ਮੈਚ ਚੱਲ ਰਿਹਾ ਟੈਂਕੀ ਸਾਈਡ ਦੌਧਰ ਪਿੰਡ ਦੀ ਟੀਮ ਹੈ ਤੇ ਦੂਸਰੇ ਪਾਸੇ ਟੀਮ ਮੇਰੇ ਵੀਰੋ ਮਨਸੂਰਵਾਲ ਦੀ ਹੈ ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ ਗੱਜਣਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾ। ਇਹ ਸਾਰੀਆਂ ਟੀਮਾਂ ਆਪਾਂ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਕਬੱਡੀ ਓਪਨ ਦੀਆਂ ਟੀਮਾਂ ਜਿਹੜੀਆਂ ਪੁੱਜਦੀਆਂ ਜਾਣ। ਸਮੁੱਚੇ ਨਗਰ ਦਾ ਆਰਗੇਨਾਈਜ਼ਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਅੱਜ ਦੇ ਇਸ ਟੂਰਨਾਮੈਂਟ ਤੇ ਲਾ। ਇਸ ਲਈ ਕਹਿੰਦੇ ਨੌਜਵਾਨ ਮਨਸੂਰਵਾਲ ਦਾ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਉਸਮਾਨਾਂ ਵਿੱਚ ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ। ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ ਅੱਜ ਤਾਰਿਆਂ ਦੇ ਸਾਹਮਣੇ। ਦੁਨੀਆ ਭਰ ਦੇ ਕਹਿੰਦੇ ਮਸ਼ਹੂਰ ਕਬੱਡੀ ਖਿਡਾਰੀ ਪੁੱਜੇ ਹੈ ਔਰ ਕਹਿੰਦੇ ਟੀਮਾਂ ਪੂਰੀਆਂ ਵਧੀਆ ਪੁੱਜੀਆਂ ਪੰਜਾਬ ਦੀਆਂ। ਤਾਂ ਇਸ ਲਈ ਦੌਧਰ ਪਿੰਡ ਜ਼ਿਲ੍ਹੇ ਮੋਗਾ ਦਾ ਸਭ ਤੋਂ ਵੱਡਾ ਪਿੰਡ ਹੈ ਵੱਡਾ ਕੱਪ ਕਰਵਾਇਆ ਜਾਂਦਾ ਉਸੇ ਪਿੰਡ ਦਾ ਨਿੰਦਰ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਚਾਰ ਜਾਫੀ ਬਿਲਕੁਲ ਤਿਆਰ ਨੇ ਕਿ ਆ ਗਿਆ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰੋ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇਸ਼ ਕਬੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇਸ਼ ਕਬੱਡੀ ਦਾ। ਅਗਲਾ ਮੈਚ ਲੰਡੇ ਕੇ ਤੇ ਹਰੀਦਾਸ ਕਲੱਬ ਤਲਵੰਡੀ ਭਾਈ ਗੱਜਣਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਫਰੀਦਕੋਟ ਤੇ ਘੱਲ ਕਲਾਂ ਵੀ ਦੱਦਾਊਰ ਤੇ ਵਰੇ ਏ ਸੁਨੇਰ ਤੇ ਭਲੂਰ ਰੌਲੀ ਤੇ ਰੱਜੀਵਾਲਾ ਲੋਹਾਮ ਤੇ ਡਰੋਲੀ ਭਾਈ ਭਗਤਾ ਭਾਈ ਕਾ ਤੇ ਕੋਟ ਕਰੋੜ ਮਾਲਾ ਏ ਤੇ ਸੁਰ ਸਿੰਘ ਵਾਲਾ ਬਘੇਲਾ ਏ ਤੇ ਡਗਰੂ ਸਾਫੂ ਵਾਲਾ ਤੇ ਮਲਕ ਬਰੇ ਤੇ ਹਰਗੋਬਿੰਦ ਕਲੱਬ ਡਗਰੂ ਮਾਨੂ ਕੇ ਗਿੱਲ ਤੇ ਬਘੇਲੇ ਵਾਲਾ। ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ। ਚੜਿੱਕ ਪਿੰਡ ਹੈ ਇਸ ਖਿਡਾਰੀ ਦਾ ਕਹਿੰਦੇ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ
ਗੋਲਡੀ ਚੜਿਕ ਪਿੰਡ ਦਾ ਦੌਦਰ ਦੀ ਟੀਮ ਦੇ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੈ। ਪਾਵੀ ਨੌਜਵਾਨਾਂ ਅਗਲੀ ਕਬੱਡੀ ਲਓ, ਮਨਸੂਰਵਾਲ ਦਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ। ਦੌਦਰ ਦੇ ਕਹਿੰਦੇ ਵਰਿੰਦਰ ਵਰਗੇ ਪ੍ਰਸਿੱਧ ਕਬੱਡੀ ਖਿਡਾਰੀ ਪੈਦਾ ਕੀਤੇ ਦੌਦਰ ਦੀ ਧਰਤੀ ਨੇ, ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ। ਲਓ ਮਨਸੂਰਵਾਲ ਵਾਲੇ ਗੱਭਰੂ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਨੌਜਵਾਨ ਪੂਰੀ ਟਰਾਈ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ। ਇਸ ਵੇਲੇ ਕਹਿੰਦੇ ਸ਼ਿਕੰਦਰ ਨਾਲ ਮੁਕਾਬਲਾ ਮੇਰੇ ਵੀਰੋ, ਇੱਕ ਕਾਂਜਲੀ ਦਾ ਬੜਾ ਮਸ਼ਹੂਰ ਖਿਡਾਰੀ ਹੈ ਤੇ ਸਾਹਮਣੇ ਸ਼ਿਕੰਦਰ ਦੀ ਟਰਾਈ ਤੇ ਪੁਆਇੰਟ ਮਨਸੂਰਵਾਲ ਦਾ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਆਹ ਖਿਡਾਰੀ ਬੜੇ ਲੰਮੇ ਸਮੇਂ ਤੋਂ ਕਬੱਡੀ ਜੱਗ ਦੇ ਵਿੱਚ ਖੇਡਦਾ ਆ ਰਿਹਾ। ਦੌਦਰ ਪਿੰਡ ਹਰਵਿੰਦਰ ਸਿੰਘ ਨਾਮ ਹੈ, ਪਰ ਦੁਨੀਆ ਫੋੜ ਦੇ ਨਾਂ ਦੇ ਨਾਲ ਜਾਣਦੀ ਇਸ ਗੱਭਰੂ ਨੂੰ। ਲਓ ਦੌਦਰ ਵਾਲੇ ਫੋੜ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਨੌਜਵਾਨ ਦੀ ਕੀਤੀ ਹੋਈ ਟਰਾਈ ਤੇ ਫੋੜ, ਦੌਦਰ ਪਿੰਡ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੈ। ਅਗਲੀ ਕਬੱਡੀ ਲੱਖੇ ਨੇ ਪਾਈ ਹੈ ਕਿ ਸੀ ਬਲਵਿੰਦਰ ਫਿੱਡੂ ਘੋੜਾ ਲੰਮੀ ਪਾਰੀ ਦਾ, ਨਾਲ ਠਰਮੇ ਖੇਡੇ ਕਾਕਾ ਕਾਰੀ ਸਾਰੀ ਦਾ। ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀਪੁਰ ਦਾ ਜੀ, ਖਾਲੀ ਅਤ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ। ਵਾਜੇ ਖਾਨੇ ਜੰਮਿਆ ਸੀ ਹਰਜੀਤ ਵਰਾੜਾ ਦੇ, ਖੇਡਣ ਯੂਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ, ਖੇਡਣ ਯੂਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਲਓ ਕਬੱਡੀ, ਅਗਲੀ ਕਬੱਡੀ ਪਾਉਣ ਦੇ ਲਈ ਚੜਿਕ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ। ਉਧਰ ਚਾਰ ਜਾਫੀ ਤਿਆਰ ਨੇ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਅਸਮਾਨਾਂ ਵਿੱਚ, ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ। ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ, ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਅੱਜ ਤਾਰਿਆਂ ਦੇ ਸਾਹਮਣੇ। ਅੱਜ ਕਹਿੰਦੇ ਟੌਪ ਦੀਆਂ ਟੀਮਾਂ ਪੁੱਜੀਆਂ ਮੇਰੇ ਵੀਰੋ। ਇੱਧਰ ਲੱਖਾਂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ। ਗਾਜੀਪੁਰੀਆ ਕਹਿੰਦੇ ਕਿੰਗ ਦੇ ਤੌਰ ਤੇ ਜਾਣਿਆ ਜਾਂਦਾ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ। ਇਹ ਲੱਖਾਂ ਮਨਸੂਰਵਾਲ ਪਿੰਡ ਦਾ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ। ਦੌਦਰ ਪਿੰਡ ਦਾ ਨੌਜਵਾਨ ਸ਼ਾਂਤਮਾ ਜਾਂ ਸਰੀਰ ਇਸ ਵੇਲੇ ਮਾਰਦਾ ਪੱਟਾ ਤੇ ਥਾਪੀਆਂ ਕਬੱਡੀ ਪਾਉਣ ਦੇ ਲਈ ਬੋਲਿਆ ਹੋਇਆ ਧਾਵਾ ਕਿ ਲੋਹੇ ਵਰਗੇ ਪੱਟਾ ਉੱਤੇ ਮਾਰਨ ਪੋਲੀ ਥਾਪੀ। ਇੱਕ ਪਾਸੇ ਨੇ ਰੇਡਰ ਯਾਰੋ, ਦੂਜੇ ਪਾਸੇ ਜਾਫੀ, ਪਤਾ ਲੱਗ ਜੂ ਵਿੱਚ ਮੈਦਾਨੇ ਪੇਚੇ ਪੈ ਗਏ ਨਾਲ ਬਗਾਨੇ। ਆ ਯਾਰ ਖੁਰਾਕਾਂ ਖਾਧੀਆਂ ਦੀ, ਆ ਕਬੱਡੀ ਕਬੱਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ, ਕਬੱਡੀ ਕਬੱਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਲਓ ਮਨਸੂਰ ਵਾਲੀ ਆ ਅਗਲੀ ਕਬੱਡੀ ਦੇ ਲਈ ਫਿਰ ਵਾਧਾ ਹੋਇਆ। ਜਿਵੇਂ ਖੇਡ ਗਰਾਊਂਡ ਦੇ ਵਿੱਚ ਇਹ ਖਿਡਾਰੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹੈ, ਉਵੇਂ ਸੂਰਜ ਦੇਵਤਾ ਵੀ ਆਪਣੀ ਗਰਮੀ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇੱਧਰ ਨੌਜਵਾਨ ਗੱਭਰੂ ਦੀ ਪਈ ਹੋਈ ਕਬੱਡੀ ਦੌਦਰ ਵਾਲੇ ਦੀ ਟਰਾਈ ਹੈ, ਪਰ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਇਸ ਵੇਲੇ ਮਨਸੂਰਵਾਲ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ। ਗੋਲਡੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦੇ ਵਿੱਚ ਹੀ ਵੱਸਦੀ ਜਾਂ ਰੁਝਾਨ ਪੰਜਾਬੀਆਂ ਦੀ, ਵਿੱਚ ਮੈਦਾਨ ਦੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ। ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਲੱਗਿਆ ਹੋਇਆ ਲੱਤੀ ਪਰ ਹੱਸਦਾ ਨੌਜਵਾਨ, ਗੋਲਡੀ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ। ਮੈਚ ਸਮਾਪਤ ਹੈ। ਇਸ ਮੈਚ ਵਿੱਚ ਦੌਦਰ ਜੇਤੂ ਹੋਈ 8-6.5। ਦੌਦਰ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ। ਲੰਡੇ ਕੇ ਤੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ, ਇਹ ਦੋਨੋਂ ਟੀਮਾਂ ਦੇ ਪਲੇਅਰ ਖੇਡ ਗਰਾਊਂਡ ਦੇ ਵਿੱਚ ਪੁੱਜਣ। ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਗੱਜਣ ਵਾਲਾ, ਇਹ ਵੀ ਟੀਮਾਂ ਦੇ ਪਲੇਅਰ ਖੇਡ ਮੈਦਾਨ ਦੇ ਵਿੱਚ ਪੁੱਜਣ। ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਗੱਜਣ ਵਾਲਾ। ਹਾਂਜੀ ਬਾਈ ਜੀ, ਮਗਰ ਲੈਣ ਮੈਂ ਲਾ ਲਓ, ਇੱਕ ਰੈਫਰੀ ਕਹਾਂਗੇ ਰੌਲਾ ਨਾ ਪਵੇ। ਕਰ ਲੈ 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 ਕਰ
ਹੈਲੋ ਹਾਂਜੀ ਬਾਈ ਜੀ ਖਖਰਾਣੇ ਤੋਂ ਅੰਗਰੇਜ਼ ਬਿੱਲਾ ਜੀ ਸਾਡੇ ਕੋਲ ਰੈਫਰੀ ਸਾਹਿਬ ਪਹੁੰਚੇ ਨੇ ਇਹਨਾਂ ਦਾ ਇੱਥੇ ਆਉਣ 'ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਰਮ ਸਿੰਘ ਫੇਰੂ ਸ਼ਹਿਰ ਤੋਂ ਪੁੱਜਿਆ ਇਹਨੇ ਵੀ ਕਰਤੱਬ ਕਰਕੇ ਦਿਖਾਉਣਾ ਪੰਜ ਇੱਟਾਂ ਭੰਨਣੀ ਹੈ ਇਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ ਲੰਡੇ ਕੇ ਤੇ ਦੂਸਰੇ ਪਾਸੇ ਟੀਮ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਗੱਜਣਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਦੀਆਂ ਟੀਮਾਂ ਪੁੱਜਾ ਘੱਲ ਕਲਾਂ ਦੀ ਟੀਮ ਪੁੱਜੀ ਹੋਈ ਹੈ ਗੱਜਣਵਾਲੇ ਦੀ ਟੀਮ ਪੁੱਜਾ ਹੋਏ ਫਰੀਦਕੋਟ ਤੇ ਘੱਲ ਕਲਾਂ ਬੀ ਦਧਾਉਰ ਤੇ ਬਰੇ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਮੈਚਾਂ ਦੇ ਅਨੁਸਾਰ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ ਸਨੇਰ ਤੇ ਭਲੂਰ ਰੌਲੀ ਤੇ ਰੱਜੀ ਵਾਲਾ ਲੋਹਾਮ ਤੇ ਡਰੋਲੀ ਭਗਤਾ ਭਾਈਕਾ ਤੇ ਕੋਟ ਕਰੋੜ ਤੇ ਸਾਰੀਆਂ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜੇ ਭਾਈ ਨਿੰਮੇ ਜੇ ਕਹਿੰਦੇ ਵੈਸਰੀਨ ਲੱਗੀ ਤਾਂ ਆਪ ਚੈੱਕ ਕਰ ਲਿਆ ਕਰੋ ਲਓ ਟੈਂਕੀ ਵਾਲੀ ਸਾਈਡ ਬਾਬਾ ਹਰੀਦਾਸ ਕਲੱਬ ਤਲਵੱਡੀ ਭਾਈ ਦੀ ਟੀਮ ਹੈ ਔਰ ਦੂਸਰੇ ਪਾਸੇ ਹਾਂ ਬਾਈ ਨਰਵਾਲ ਉੱਥੇ ਆਰੋ ਫਿਲਟਰ ਤੇ ਪਹੁੰਚੇ ਉੱਥੇ ਪਾਣੀ ਭਰਨਾ ਲੰਡੇ ਕੇ ਦੀ ਟੀਮ ਦੋਨੋਂ ਟੀਮਾਂ ਦੇ ਦਰਮਿਆਨ ਇਸ ਲਈ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਅਗਲੇ ਮੈਚ ਲਈ ਗੱਜਣਵਾਲੇ ਦੀ ਟੀਮ ਜਲਦੀ ਨਾ ਖੇਡ ਗਰਾਊਂਡ ਦੇ ਵਿੱਚ ਪੁੱਜਾਵੇ ਗੱਜਣਵਾਲਾ ਉਸ ਤੋਂ ਬਾਅਦ ਮੈਚ ਜਿਹੜਾ ਆਉਣਾ ਹੈ ਫਰੀਦਕੋਟ ਤੇ ਘੱਲ ਕਲਾਂ ਵੀ ਦਧਾਉਰ ਤੇ ਬਰੇ ਇਹ ਸਾਰੀਆਂ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਅਨੁਸਾਰ ਪੁੱਜਣ ਸਾਢੇ ਨੌ ਜਾਂ ਦਸ ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਏ ਉਹ ਟੀਮ ਜੇਤੂ ਹੋਵੇਗੀ ਅਗਲਾ ਮੈਂ ਅਗਲਾ ਮੈਚ ਫਰੀਦਕੋਟ ਤੇ ਘੱਲ ਕਲਾਂ ਵੀ ਦਧਾਉਰ ਤੇ ਬਰੇ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਅਨੁਸਾਰ ਪੁੱਜਣ ਲਾ ਲੰਡੇ ਕੇ ਪਿੰਡ ਕਹਿੰਦੇ ਕਰਮਪਾਲ ਸਿੱਧੂ ਦਾ ਪਿੰਡ ਹੈ ਕਬੱਡੀ ਦੇ ਮਹਾਨ ਪ੍ਰਮੋਟਰ ਦਾ ਇਸ ਲਈ ਨੌਜਵਾਨ ਗਗਨ ਕਬੱਡੀ ਪਾ ਰਿਹਾ ਤਲਵੰਡੀ ਦੇ ਭਰਾਵਾਂ ਦਾ ਕਹਿੰਦੇ ਨਾਂ ਚੱਲਿਆ ਇਸ ਸਾਲ ਪੰਜਾਬ ਦੇ ਕਬੱਡੀ ਕੱਪਾਂ ਤੇ ਗਗਨੇ ਤੇ ਕਹਿੰਦੇ ਰਮਨੇ ਦੀ ਜੋੜੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਲਾ ਇਸ ਲਈ ਰਮਨਾ ਤਲਵੰਡੀ ਵਾਲਾ ਲਾਲੇ ਦਾ ਪੁੱਤਰ ਲਾ ਤਕੜਾ ਜਫਾ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਇਸ ਨੌਜਵਾਨ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਇੱਟਾ ਭੰਨੀ ਹੈ ਇਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ ਮੁੱਦਕੀ ਪਿੰਡ ਹੈ ਕਹਿੰਦੇ ਬੱਬੂ ਨਾਮ ਹੈ ਨੌਜਵਾਨ ਜੋ ਹੁਣ ਕਬੱਡੀ ਪਾ ਰਿਹਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬਾਬਾ ਫਰੀਦ ਕਬੱਡੀ ਕਲੱਬ ਐਡਮਿੰਟਨ ਦੀ ਟੀਮ ਵੱਲੋਂ ਕੈਨੇਡਾ ਦੀ ਮੇਰੇ ਵੀਰੋ ਅਲਬਰਟਾ ਸਟੇਟ ਦੇ ਵਿੱਚ ਕਬੱਡੀਆਂ ਪਾਈਆਂ ਭਾਵੇਂ ਉਹ ਕੈਲਗਰੀ ਦੇ ਖੇਡ ਗਰਾਊਂਡ ਦੀ ਗੱਲ ਹੈ ਤੇ ਭਾਵੇਂ ਐਡਮਿੰਟਨ ਦੇ ਰਿਕ ਸੈਂਟਰ ਗਰਾਊਂਡ ਦੀ ਲਾ ਇਸ ਲਈ ਨੌਜਵਾਨ ਬੱਬੂ ਮੁੱਦਕੀ ਦਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹਰਵਿੰਦਰ ਸਿੰਘ ਲੰਡੇਕੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਕਹਿੰਦੇ ਤਲਵੰਡੀ ਪਿੰਡ ਪੰਜਾਬ ਦਾ ਕਿਸਾਨ ਜਾਣਦਾ ਵੀ ਤਲਵੰਡੀ ਦੇ ਸੰਦਾਂ ਦੀ ਖੇਤੀਬਾੜੀ ਦੀ ਦੁਨੀਆਂ ਦੇ ਵਿੱਚ ਕਿੰਨੀ ਕੁ ਮਹਾਨਤਾ ਹੈ ਲਾ ਉਸ ਮੇਰੇ ਵੀਰੋ ਤਲਵੰਡੀ ਦੀ ਗੱਲ ਹੈ ਭਾਵੇਂ ਨਵਦੀਪ ਡੀਸੀ ਉਹਨਾਂ ਦੀ ਗੱਲ ਹੈ ਵੱਡੀ ਦੇਣ ਆ ਮਾਂ ਖੇਡ ਕਬੱਡੀ ਨੂੰ ਲਾ ਗੱਭਰੂ ਦੀ ਪਈ ਹੋਈ ਕਬੱਡੀ ਹੈ ਚਾਰ ਜਾਫੀਆਂ ਵਿੱਚੋਂ ਗਗਨ ਇਸ ਵੇਲੇ ਪੂਰੀ ਟਰਾਈ ਕਰ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੈਨੇਡਾ ਦੀ ਓਰੀਜਨਲ ਐਪ ਸਪੋਰਟ ਕਬੱਡੀ ਕਲੱਬ ਨੇ ਚੋਣ ਕੀਤੀ ਹੈ ਇਹਨਾਂ ਦੋਨੋਂ ਭਰਾਵਾਂ ਦੀ ਲਾ ਇਸ ਵੇਲੇ ਗਗਨ ਬਹੁਤ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੈ ਭਾਂਗਰ ਪਿੰਡ ਹੈ ਕੁਲਦੀਪ ਸਿੰਘ ਨਾਮ ਹੈ ਆ ਖਿਡਾਰੀ ਦਾ ਲਓ ਭਾਂਗਰਾਂ ਵਾਲਾ ਕੁਲਦੀਪ ਤਲਵੰਡੀ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਬੜੀ ਜਾਨ ਹੈ ਇਸ ਗੱਭਰੂ ਦੇ ਸਰੀਰ ਦੇ ਵਿੱਚ ਲਓ ਕੁਲਦੀਪ ਭਾਂਗਰਾਂ ਵਾਲਾ ਨੌਜਵਾਨ ਗੱਭਰੂ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਗਗਨ ਅਗਲੀ ਕਬੱਡੀ ਪਾਉਣ ਦੇ ਲਈ ਵਧਾ ਹੋਇਆ
ਗੱਜਣ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਫਰੀਦਕੋਟ ਤੇ ਘੱਲ ਕਲਾਂ ਵੀਰ ਦਾਦਾਉਰ ਤੇ ਬਰੇ ਸੁਨੇਰ ਤੇ ਭਲੂਰ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ। ਤਾਂ ਪਈ ਹੋਈ ਗਗਨ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਗਗਨ ਨਵਜੀਨ ਗੱਭਰੂ ਕੰਨੀ ਦੇ ਉੱਪਰ। ਤਾਂ ਇਸ ਲਈ ਕਹਿੰਦੇ ਰਮਨੇ ਨਾਲ ਮੁਕਾਬਲਾ ਤਲਵੰਡੀ ਦੀ ਧਰਤੀ ਦਾ ਨਵਜੀਨ ਰਮਨ ਪੂਰੀ ਟਰਾਈ ਕਰਦਾ ਰੱਖਦਾ ਧੌਣ ਤੇ ਹੱਥ। ਲਾ ਵੇਖੋ ਸਾਹਮਣੇ ਮੁਕਾਬਲਾ ਲੱਗਦਾ ਹੈ ਔਰ ਪੁਆਇੰਟ ਜਿਹੜਾ ਇਸ ਲਈ ਜਾਫੀ ਦੇ ਹਿੱਸੇ ਐਡਜਸਟ ਹੁੰਦਾ ਹੈ, ਪੁਆਇੰਟ ਜਾਫੀ ਦੇ ਹਿੱਸੇ ਐਡਜਸਟ ਹੁੰਦਾ ਹੈ। ਪਾਵੀ ਨੌਜਵਾਨ ਅਗਲੀ ਕਬੱਡੀ ਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਉਸ ਲਈ ਕਹਿੰਦੇ ਲੰਡੇ ਕੇ ਵਾਲਾ ਗੱਭਰੂ ਕਾਲੇ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪੇਂਡੂ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਉਸ ਲੱਖਾਂ ਜਿਹਾ ਪੁਆਇੰਟ ਜੋੜਦਾ। ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਗੱਜਣ ਵਾਲਾ ਫਰੀਦਕੋਟ ਤੇ ਘੱਲ ਕਲਾਂ ਵੀ ਦਾਦਾਉਰ ਤੇ ਵਰੇ ਇਹ ਵੀ ਟੀਮਾਂ ਦੇ ਪਲੇਅਰ ਜਿਹੜੇ ਅਗਲੇ ਮੈਚਾਂ ਲਈ ਖੇਡ ਗਰਾਊਂਡ ਦੇ ਲਾਗੇ ਪਹੁੰਚਣ। ਲਾ ਹਰਵਿੰਦਰ ਸਿੰਘ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਜਾਫੀ ਤਿਆਰ ਨੇ, ਚਾਹੁੰ ਦੇ ਵਿੱਚੋਂ ਕੌਣ ਜੱਫਾ ਲਾਉਂਦਾ, ਕੌਣ ਗੁੱਟ ਫੜਦਾ, ਕੌਣ ਲੱਗਦਾ ਲੱਤੀ। ਲਓ ਧਾਵੀ ਦਾ ਬੋਲਿਆ ਹੋਇਆ ਧਾਵਾ, ਜਾਫੀ ਨੇ ਠੱਲ ਪਾਉਣੀ ਹੈ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ। ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ, ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਧਾਵੀ ਦਾ। ਮੇਰੀ ਬੇਨਤੀ ਸਾਰੀਆਂ ਟੀਮਾਂ ਨੂੰ ਉਧਰ ਖਿਡਾਰੀਆਂ ਦੇ ਲਈ ਐਂਟਰੀ ਗੇਟ ਬਣਿਆ, ਉੱਥੋਂ ਦੀ ਟੀਮਾਂ ਐਂਟਰ ਹੋਣ, ਹੋਰ ਕਿਸੇ ਸਾਈਡ ਤੋਂ ਟੀਮਾਂ ਨਾ ਆਉਣ। ਉਧਰ ਬੇਅੰਤ ਸਾਡਾ ਵੀਰ ਕਮੈਂਟੇਟਰ ਬਘੇਲੇ ਪਿੰਡ ਦਾ ਤਲਵੰਡੀ ਵਾਲੇ ਗਗਨੇ ਦੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜਦੇ ਕਰਦਾ, ਬਹੁਤ ਬਹੁਤ ਧੰਨਵਾਦ ਹੈ। ਸੋਹਣੇ ਬੋਲ ਬੋਲਦਾ ਇਸ ਖੇਡ ਕਬੱਡੀ ਦੇ ਲਈ ਲਾ ਇਸ ਲਈ ਲੱਗਦਾ ਹੋਇਆ ਜੱਫਾ ਗਾਲਬ ਦੀ ਧਰਤੀ ਦਾ। ਕਹਿੰਦੇ ਲਿਆਕਤ ਅਲੀ ਵਿੱਲਾ ਫੈਸਲਾ ਕਰਦਾ ਕਿ ਇਹ ਪੁਆਇੰਟ ਕਹਿੰਦੇ ਜਾਫੀ ਦੇ ਹਿੱਸੇ ਐਡਜਸਟ ਹੁੰਦਾ ਹੋਇਆ। ਇੱਧਰ ਨੌਜਵਾਨ ਕੁਲਦੀਪ ਭਾਂਗਰਾ ਵਾਲੇ ਨੇ ਕਬੱਡੀ ਪਾ ਦਿੱਤੀ ਹੈ। ਗੱਜਣ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਦਾ ਅਗਲਾ ਮੈਚ ਹੋਣਾ ਹੈ। ਗੱਜਣ ਵਾਲੇ ਦੀ ਟੀਮ ਉਹ ਪੁੱਜ ਜਾਵੇ, ਉਸ ਤੋਂ ਬਾਅਦ ਫਰੀਦਕੋਟ ਤੇ ਘੱਲ ਕਲਾਂ ਵੀ ਦਾਦਾਉਰ ਤੇ ਬਰੇ ਇਹ ਵੀ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੇ ਜਾਣ। ਢੇਰ ਤੇ ਭਲੂਰ ਦੀਆਂ ਟੀਮਾਂ ਵੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਲਾ ਹਰਵਿੰਦਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ। ਚਾਰ ਜਾਫੀ ਬਿਲਕੁਲ ਤਿਆਰ ਨੇ ਕਿ ਗੋਲ ਜੀ ਉਹ ਦਾਇਰੇ ਵਿੱਚ ਹੰਡੇ ਤੋਂ ਦਿਸਦੇ ਚੜ ਜਾਂਦਾ ਚਾਰ ਜਦੋਂ ਖਿਡਾਰੀ ਵਿੱਚ ਦੇਦੇ ਵਾਰੇ ਉਹਦੇ ਜਾਵਾਂ ਜੀ ਨੇ ਕਾੜੇ ਦੀ ਕੱਢੀ। ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ, ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਇਸੇ ਲਈ ਮੈਚ ਜਿਹੜੇ ਤੁਸੀਂ ਅੱਜ ਬਘੇਲੇ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਦੇਖ ਰਹੇ ਹੋ। ਲਓ ਅਗਲੀ ਕਬੱਡੀ ਪਾਉਣ ਦੇ ਲਈ ਇਸੇ ਲਈ ਨੌਜਵਾਨ ਹੀਰਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਹੁੰ ਜਾਫੀਆਂ ਦੇ ਵਿੱਚ ਵੇਖਦਾ ਵੀ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜੇਗਾ ਕਿ ਰੇਡਰ ਦੇ ਲਈ ਭਾਅ ਜ਼ਰੂਰੀ, ਜਾਫੀ ਦੇ ਹੱਥ ਪੱਕੇ, ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਡਰ ਨੂੰ ਲੱਭੇ। ਕਬੱਡੀ ਓਪਨ ਦੀਆਂ ਟੀਮਾਂ ਨੂੰ ਮੇਰੀ ਫਿਰ ਤੋਂ ਬੇਨਤੀ ਹੈ ਵੀ ਜਿਹੜੀ
ਉਹਨਾਂ ਨੇ ਗਰਾਊਂਡ ਦੇ ਵਿੱਚ ਆਉਣ ਲਈ ਐਂਟਰੀ ਕਰਨੀ, ਐਂਟਰੀ ਗੇਟ ਬਣਾਇਆ ਗਿਆ, ਉੱਥੋਂ ਦੀ ਖਿਡਾਰੀ ਆਪਣੀ ਐਂਟਰੀ ਕਰਨ। ਹਾਂਜੀ ਤਲਵੰਡੀ ਭਾਈ ਸਾਢੇ ਨੌ ਲੰਡੇ ਗਏ ਤਿੰਨ, ਤਲਵੰਡੀ ਭਾਈ ਜਿੱਤੂ ਹੋਈ। ਤਲਵੰਡੀ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ, ਗੱਜਣ ਵਾਲਾ ਤੇ ਘੱਲ ਕਲਾਂ, ਇਹ ਦੋਨੋਂ ਟੀਮਾਂ ਦੇ ਪਲੇਅਰ ਖੇਡ ਮੈਦਾਨ ਦੇ ਵਿੱਚ ਪੁੱਜਣ। ਗੱਜਣ ਵਾਲਾ ਤੇ ਘੱਲ ਕਲਾਂ ਦੋਨੋਂ ਟੀਮਾਂ ਦੇ ਪਲੇਅਰ ਖੇਡ ਮੈਦਾਨ ਦੇ ਵਿੱਚ ਪੁੱਜਣ। ਉਸ ਤੋਂ ਬਾਅਦ ਫਰੀਦਕੋਟ ਤੇ ਘੱਲ ਕਲਾਂ ਵੀ ਸਰਦਾਰ ਕਸ਼ਮੀਰ ਸਿੰਘ ਜੀ ਕੈਨੇਡਾ, ਸਾਨੂੰ ਹਰਨੇਕ ਸਿੰਘ ਜੀ ਸਿੱਧੂ, ਸਾਡਾ ਵੀਰ ਕਸ਼ਮੀਰ ਸਿੰਘ ਸਿੱਧੂ ਕੈਨੇਡਾ ਵਾਲਾ ਆਖਦਾ ਵੀ 51,000 ਰੁਪਇਆ ਕਬੱਡੀ ਓਪਨ ਦਾ ਅਗਲੇ ਸਾਲ ਉਹਨਾਂ ਵੱਲੋਂ ਪ੍ਰਾਈਜ਼ ਦਿੱਤਾ ਜਾਵੇਗਾ। ਤੇ ਜਿਹੜੀ ਟੀਮ ਲਗਾਤਾਰ 3 ਸਾਲ ਕਬੱਡੀ ਓਪਨ ਦਾ ਇਹ ਟੂਰਨਾਮੈਂਟ ਜਿੱਤੇਗੀ, 51,000 ਰੁਪਏ ਦਾ ਪ੍ਰਾਈਜ਼ ਦਿੱਤਾ ਜਾਵੇਗਾ ਉਸ ਟੀਮ ਦੇ ਲਈ। ਔਰ ਨਾਲ ਸਾਡੇ ਵੀਰ ਸਭਾ ਨਿਊਜ਼ੀਲੈਂਡ ਤੇ ਗਿਆਨ ਸਿੰਘ ਜੀ ਸੰਧੂ 21,000 ਰੁਪਇਆ ਉਹਨਾਂ ਦੀ ਤਰਫੋਂ, ਮਨਦੀਪ ਸਿੰਘ ਜੀ ਸਿੱਧੂ ਸਨਵ ਗਿਆਨ ਸਿੰਘ ਜੀ ਓਪਨ ਦਾ ਇਨਾਮ ਇਹਨਾਂ ਦੀ ਤਰਫੋਂ ਦਿੱਤੇ ਜਾਣਗੇ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਰੌਲੀ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜਾਵੇ, ਘੱਲ ਕਲਾਂ ਤੇ ਗੱਜਣ ਵਾਲੇ ਦਾ ਮੈਚ ਸ਼ੁਰੂ ਕਰਾ ਦਿਓ। ਹੈਲੋ ਬਈ, ਪਿੰਡ ਬਘੇਲੇ ਵਾਲੇ ਦਾ ਕੋਈ ਵੀ ਬੰਦਾ ਕਿਸੇ ਟੀਮ ਦੀ ਕੋਈ ਸਿਫਾਰਸ ਲੈ ਕੇ ਨਾ ਆਵੇ ਇੱਥੇ, ਸੁਣ ਲਓ, ਦੂਜੀ ਵਾਰੀ ਨਹੀਂ ਕਹਿਣਾ ਅਸੀਂ। ਅਗਰ ਕੋਈ ਬੱਚਾ ਪੁੱਜਿਆ ਮਾਂ ਬਾਪ ਦਾ ਸਾਇਆ ਸਿਰ ਤੇ ਨਹੀਂ, ਗਰਾਊਂਡ ਦਾ ਚੱਕਰ ਲਾਵੇਗਾ, ਇਹਦਾ ਜ਼ਰੂਰ ਮਾਨ ਸਨਮਾਨ ਕਰਨਾ। ਗੱਜਣ ਵਾਲਾ ਤੇ ਘੱਲ ਕਲਾਂ ਦਾ ਮੈਚ ਸ਼ੁਰੂ ਕਰਵਾ ਦਿਓ। ਅਗਲਾ ਮੈਚ ਜਿਹੜਾ ਖੇਡਿਆ ਜਾਣਾ ਫਰੀਦਕੋਟ ਤੇ ਘੱਲ ਕਲਾਂ ਵੀ ਦਾਦਾ ਊਰ ਤੇ ਬਰੇ, ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ। ਇਸ ਵੇਲੇ ਜਿਹੜੀ ਟੀਮ ਮੇਰੇ ਵੀਰੋ ਗੱਜਣ ਵਾਲੇ ਦੀ ਹੈ ਉਹ ਟੈਂਕੀ ਵਾਲੀ ਸਾਈਡ ਤੇ, ਦੂਸਰੇ ਪਾਸੇ ਟੀਮ ਜਿਹੜੀ ਆਜ਼ਾਦ ਕਲੱਬ ਘੱਲ ਕਲਾਂ ਦੀ ਹੈ। ਫਰੀਦਕੋਟ ਤੇ ਘੱਲ ਕਲਾਂ ਵੀ ਅਗਲੇ ਮੈਚ ਦੀਆਂ ਟੀਮਾਂ ਤਿਆਰ ਰਹਿਣ। ਲਓ ਬਲਰਾਜ ਗੱਜਣ ਵਾਲੇ ਦਾ ਨੌਜਨ ਗੱਭਰੂ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਲਾਉਂਦਾ ਹੋਇਆ ਜੱਫਾ, ਗੱਜਣ ਵਾਲੇ ਦਾ ਬਲਰਾਜ ਸਿੰਘ ਬਹੁਤ ਤਗੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ, 7.5 ਜਾਂ 8 ਪੁਆਇੰਟ। ਜਿਸ ਟੀਮ ਦੇ ਪਹਿਲਾਂ ਹੋ ਗਈ ਉਹ ਟੀਮ ਜੇਤੂ ਹੋਵੇਗੀ। ਲਓ ਜੱਸੀ ਚੰਦਨ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਘੱਲ ਕਲਾਂ ਪਿੰਡ ਕਹਿੰਦੇ ਮਸ਼ਹੂਰ ਕਬੱਡੀ ਖਿਡਾਰੀਆਂ ਦਾ ਪਿੰਡ ਹੈ, ਘੱਲਾਂ ਦੇ ਕੁਲਜੀਤ ਵਰਗੇ ਆਪਣੇ ਸਮੇਂ ਦੇ ਬਿੰਦਰ ਵਰਗੇ ਪ੍ਰਸਿੱਧ ਖਿਡਾਰੀ ਹੋਏ ਹੈ, ਭਾਵੇਂ ਨੰਜੇ ਉਹਨਾਂ ਦੀ ਗੱਲ ਹੈ ਲਛਮਣ ਉਹਨਾਂ ਦੀ। ਲਓ ਇਸ ਲਈ ਨੌਜਵਾਨ ਗੱਭਰੂ ਲੱਖਾਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਕਬੱਡੀ 65 ਕਿਲੋ ਦਾ ਜੋ ਸੈਮੀਫਾਈਨਲ ਮੈਚ ਹੈ ਉਹ ਚੜਿਕ ਤੇ ਬਘੇਲੇ ਦੀਆਂ ਟੀਮਾਂ ਦੇ ਦਰਮਿਆਨ ਕਰਵਾਇਆ ਜਾਵੇਗਾ। ਚੂੜ ਚੱਕ ਦੀ ਟੀਮ ਜਿਹੜੀ ਸਕ੍ਰੈਚ ਕਰ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੇ 2 ਪਲੇਅਰਾਂ ਦਾ ਵਜ਼ਨ ਵੱਧ ਸੀਗਾ,
ਬਦਾਉਰ ਪਿੰਡ ਹੈ ਮਨੂ ਨਾਮ ਇਸ ਲਈ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਉਧਰ ਘੱਲਾਂ ਵਾਲਾ ਜਾਫੀ ਕਹਿੰਦੇ ਪੂਰੀ ਟਰਾਈ ਕਰਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਤੇ ਪੁਆਇੰਟ ਇਸ ਵੇਲੇ ਦੱਦਾਉਰ ਦਾ ਮਨੂ ਆਪਣੀ ਟੀਮ ਲਈ ਜੋੜਦਾ ਤੇ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਜੱਸਾ ਘੱਲ ਕਲਾਂ ਦੀ ਧਰਤੀ ਦਾ ਕਬੱਡੀ ਓਪਨ ਦੀਆਂ ਟੀਮਾਂ ਮੈਂ ਫਿਰ ਵੀ ਬੇਨਤੀ ਕਰਦਾ ਵੀ ਟੀਮਾਂ ਜਿਹੜੀਆਂ ਜਿੱਧਰ ਦੀ ਐਂਟਰੀ ਗੇਟ ਬਣਿਆ ਉਧਰ ਦੀ ਖੇਡ ਗਰਾਊਂਡ ਦੇ ਵਿੱਚ ਐਂਟਰੀ ਕਰਨ ਲਓ ਬਲਰਾਜ ਗੱਜਣ ਵਾਲੇ ਦਾ ਬਲਰਾਜ ਮਸ਼ਹੂਰ ਹੈ ਤੇ ਆ ਗੁਰਦਰਸ਼ਨ ਸਿੰਘ ਨਾਮ ਹੈ ਦੁਨੀਆ ਗੁਰੂ ਦੇ ਨਾਂ ਦੇ ਨਾਲ ਜਾਣਦੀ ਹੈ ਮੇਰੇ ਵੀਰੋ ਗ੍ਰਿਪ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਖਿਡਾਰੀ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡਿਆ ਕੈਨੇਡਾ ਦੀ ਧਰਤੀ ਤੇ ਖੇਡਿਆ ਗੁਰੂ ਗੱਜਣ ਵਾਲੇ ਦਾ ਲਾ ਤਕੜਾ ਜੱਫਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਫਰੀਦਕੋਟ ਤੇ ਘੱਲ ਕਲਾਂ ਵੀ ਦੱਦਾਉਰ ਤੇ ਬੱਲੇ ਸਨੇਰ ਤੇ ਭਲੂਰ ਰੌਲੀ ਤੇ ਰੱਜੀ ਵਾਲਾ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਤਿਆਰ ਰਹਿਣ ਰੱਜੀ ਵਾਲੇ ਦੀ ਟੀਮ ਪੁੱਜੀ ਹੋਈ ਹੈ ਰੌਲੀ ਦੀ ਟੀਮ ਜਿਹੜੀ ਪੁੱਜ ਜਾਵੇ ਲਹਾਮ ਤੇ ਡਰੋਲੀ ਭਗਤਾ ਭਾਈ ਕਾ ਤੇ ਕੋਟ ਕਰੋੜ ਮਾਲਾ ਏ ਤੇ ਸੁਰ ਸਿੰਘ ਵਾਲਾ ਬਘੇਲਾ ਏ ਤੇ ਡਗਰੂ ਸਾਫੂ ਵਾਲਾ ਤੇ ਮਲਕ ਵਰੇ ਤੇ ਹਰਗੋਬਿੰਦ ਕਲੱਬ ਡਗਰੂ ਮਾਣੂ ਕੇ ਗਿੱਲ ਤੇ ਬਘੇਲਾ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਅਨੁਸਾਰ ਪੁੱਜਣ ਲਓ ਬਲਰਾਜ ਸਿੰਘ ਗੱਜਣ ਵਾਲੇ ਦਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ ਇਹ ਵੀ ਇੱਕ ਸਾਲ ਕੈਨੇਡਾ ਦੀ ਦਸ਼ਮੇਸ਼ ਕਬੱਡੀ ਕਲੱਬ ਵੱਲੋਂ ਖੇਡਿਆ ਮੇਰੇ ਵੀਰੋ ਗੱਜਣ ਵਾਲੇ ਦਾ ਬਲਰਾਜ ਲਾ ਕੇ ਜੱਫਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਮੈਨੂੰ ਦੱਦਾ ਉੜਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਆਉਂਦਾ ਹੋਇਆ ਚਾਰ ਜਾਫੀ ਤਿਆਰ ਨੇ ਘੱਲ ਕਲਾਂ ਦੀ ਧਰਤੀ ਦੇ ਹੁਣ ਵੇਖਦਾ ਵੀ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਮੇਰੇ ਵੀਰੋ ਐਡਮਿੰਟਨ ਦੀ ਟੀਮ ਅਗਲੇ ਸਾਲ ਕਹਿੰਦੇ 10 ਮੋਟਰਸਾਈਕਲ ਦਿੱਤੇ ਜਾਣੇ ਹੈ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਵੱਲੋਂ ਇਹਨਾਂ ਕਬੱਡੀ ਦੇ ਪਲੇਅਰਾਂ ਨੂੰ ਲਓ ਇਸ ਲਈ ਖੇਡ ਮੈਦਾਨ ਦੇ ਵਿੱਚ ਲੱਗਿਆ ਪਿਆ ਜ਼ੋਰ ਮੇਰੇ ਵੀਰੋ ਇਹ ਤਾਂ ਜ਼ੋਰ ਬੇਸ਼ਰਮ ਵਾਲੀ ਗੱਲ ਹੈ ਬਹੁਤ ਤਕੜਾ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਲਈ ਜੋੜ ਦਿੱਤਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਲੱਖਾਂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਫਰੀਦਕੋਟ ਤੇ ਘੱਲ ਕਲਾਂ ਵੀ ਦੱਦਾਉਰ ਤੇ ਬਰੇ ਸਨੇਰ ਤੇ ਭਲੂਰ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ ਲਓ ਲੱਖਾਂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਇਹ ਤਾੜ ਮਿੱਤਰੂ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੂ ਕਿ ਬੋਰੀਆਂ ਨਿਚੋੜੀਆਂ ਤੇ ਰੱਸਾ ਬਹੁਤ ਚੜਿਆ ਕਾਰਨੀ ਚੋਂ ਦੁੱਧ ਪੀਤਾ ਹਾਰੇ ਦਾ ਉਹ ਕੜਿਆ ਭੱਜਣ ਦੀ ਜਾਣਦੇ ਆ ਸਾਰੇ ਗੁੱਟ ਜੀਦਾ ਜੀਦਾ ਫੜਿਆ ਜਾਣਦੇ ਆ ਸਾਰੇ ਗੁੱਟ ਜੀਦਾ ਜੀਦਾ ਫੜਿਆ ਲਓ ਮੈਚ ਸਮਾਪਤ ਹੈ ਹੈਲੋ ਹੈਲੋ ਹਾਂਜੀ ਗੱਜਣ ਵਾਲਾ 7.5 ਘੱਲ ਕਲਾਂ 2 ਗੱਜਣ ਵਾਲਾ ਜਿੱਤੂ ਉਧਰ ਨੌਜਵਾਨ ਔਗੜਾ ਤੋਂ ਪੁੱਜਿਆ ਬੱਚਾ ਉਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ ਗਰਾਊਂਡ ਦੇ ਚੱਕਰ ਲਾ ਰਿਹਾ ਅਗਲਾ ਮੈਚ ਫਰੀਦਕੋਟ ਤੇ ਘੱਲ ਕਲਾਂ 20 ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਫਰੀਦਕੋਟ ਤੇ ਘੱਲ ਕਲਾਂ 20 ਦੱਦਾਉਰ ਤੇ ਬਰੇ ਰੱਜੀ ਵਾਲਾ ਤੇ ਰੌਲੀ ਸਨੇਰ ਤੇ ਭਲੂਰ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ ਫਰੀਦਕੋਟ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਫਰੀਦਕੋਟ
ਹੈਲੋ ਹਾਂਜੀ ਦੌਦਰ ਵਾਲੇ ਆਪਣੀ ਐਂਟਰੀ ਫੀ ਜਮ੍ਹਾਂ ਕਰਵਾ ਦੇਣ ਜੀ ਦੌਦਰ ਨਾਲ ਹੀ ਸਾਡੇ ਸਤਿਕਾਰਯੋਗ ਨੇ ਡਾਕਟਰ ਮੱਲੀ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸੱਤ ਅੱਠ ਆਪਾਂ ਧੰਨਵਾਦ ਕਰਦੇ ਹਾਂ ਡਾਕਟਰ ਮੱਲੀ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਮੁੱਚੇ ਕਲੱਬ ਵੱਲੋਂ ਜੀ ਆਇਆਂ ਆਖਿਆ ਜਾ ਰਿਹਾ ਜੀ ਨਾਲ ਹੀ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜੀ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਜੇ ਕੋਈ ਸਾਡਾ ਵੀਰ ਪ੍ਰਸ਼ਾਦੇ ਛਕਣ ਦਾ ਚਾਹਵਾਨ ਹੋਵੇ ਸਟੋਰ ਵਿੱਚ ਜਾ ਕੇ ਪ੍ਰਸ਼ਾਦੇ ਛਕ ਸਕਦੇ ਹੋ ਬਾਅਦ ਵਿੱਚ ਲੰਗਰ ਬੰਦ ਕਰ ਦਿੱਤਾ ਜਾਵੇਗਾ ਸਾਡੇ ਵੀਰ ਲੰਗਰ ਕਮੇਟੀ ਵੱਲ ਵੀ ਕਹਿੰਦੇ ਨੇ ਅਸੀਂ ਮਾਇਚ ਮੁਕਾਬਲੇ ਤੱਕਣੇ ਨੇ ਜਿਹਨਾਂ ਵੀਰਾਂ ਨੂੰ ਪ੍ਰਸ਼ਾਦੇ ਦੀ ਲੋੜ ਹੈ ਜਾ ਕੇ ਛਕ ਸਕਦੇ ਹੋ ਜੀ ਇਸੇ ਲਈ ਕਹਿੰਦੇ ਫਰੀਦਕੋਟ ਦੀ ਟੀਮ ਮੇਰੇ ਵੀਰ ਟਿੰਕੀ ਵਾਲੀ ਸਾਈਡ ਆ ਤੇ ਦੂਸਰੇ ਪਾਸੇ ਘੱਲ ਕਲਾਂ ਦੀ ਟੀਮ ਹੈ ਲਓ ਫਰੀਦਕੋਟੀਆ ਸਿੱਖ ਸਰਦਾਰ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬਾਬੇ ਫਰੀਦ ਦੀ ਧਰਤੀ ਹੈ ਤੇ ਘੱਲ ਕਲਾਂ ਦੀ ਟੀਮ ਦਾ ਕਹਿੰਦੇ ਵੱਡਾ ਨਾਂ ਹੈ ਪੰਜਾਬ ਦੀ ਧਰਤੀ ਤੇ ਕੱਲ ਦੇ ਟੂਰਨਾਮੈਂਟ ਦੀ ਵੀ ਘੱਲ ਕਲਾਂ ਦੀ ਟੀਮ ਕਹਿੰਦੇ ਫਸਟ ਰਹੀ ਹੈ ਲਓ ਇਸੇ ਲਈ ਆ ਜਾਫੀ ਬੜਾ ਤਜਰਬੇਕਾਰ ਹੈ ਸੋਨਾ ਘੱਲ ਕਲਾਂ ਦਾ ਮੇਰੇ ਵੀਰੋ ਕੈਨੇਡਾ ਦੀ ਧਰਤੀ ਤੇ ਤਕੜਾ ਪ੍ਰਦਰਸ਼ਨ ਕੀਤਾ ਇਸ ਗੱਭਰੂ ਨੇ ਇਸ ਸਾਲ ਵੀ ਰਿਚਮਿੰਡ ਦੀ ਖੇਡ ਕਬੱਡੀ ਕਲੱਬ ਨੇ ਚੋਣ ਕੀਤੀ ਹੈ ਘੱਲ ਕਲਾਂ ਦੇ ਸੋਨੇ ਦੀ ਬਹੁਤ ਤਕੜਾ ਜੱਫਾ ਲਾ ਕੇ ਸੋਨਾ ਘੱਲ ਕਲਾਂ ਦਾ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਕਿ ਚਰਚਾ ਮੁੰਡੇ ਦੀ ਚਾਰੇ ਪਾਸੇ ਜੰਮਿਆਂ ਵਿੱਚ ਅਰਦਾਸੇ ਤਕੜੇ ਤਕੜੇ ਜਾਫੀਆਂ ਤੋਂ ਨਹੀਂ ਰੁਕਦਾ ਨਾ ਮੈਂ 17 ਵਿੱਚ ਯਾਰੋ ਸੁੱਖ ਦਾ ਨਾ ਮੈਂ 17 ਵਿੱਚ ਯਾਰੋ ਸੁੱਖ ਦਾ 17 ਵਿੱਚ ਨਾਮ ਹੈ ਸਾਧੂ ਸਿੰਘ ਦੇ ਪੁੱਤਰ ਦਾ ਹਰਦਾਸੇ ਪਿੰਡ ਦਾ ਸੁੱਖ ਇੰਗਲੈਂਡ ਦੀ ਹੇਜ ਕਬੱਡੀ ਕਲੱਬ ਵੱਲੋਂ 5 ਤਰੀਕ ਨੂੰ ਇੰਗਲੈਂਡ ਦੇ ਵਾਲਸਲ ਸ਼ਹਿਰ ਦੇ ਵਿੱਚ ਕਬੱਡੀਆਂ ਪਾਵੇਗਾ ਲਓ ਇਸ ਲਈ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਫਰੀਦਕੋਟੀਆ ਨੌਜਵਾਨ ਵਧਿਆ ਹੋਇਆ 4 ਜਾਫੀ ਬਿਲਕੁਲ ਤਿਆਰ ਨੇ ਲਓ ਸਾਹਮਣੇ ਨੌਜਵਾਨ ਗੱਭਰੂ ਇਸ ਲਈ ਕਹਿੰਦੇ ਕਾਲੀ ਨਾਲ ਮੁਕਾਬਲਾ ਹੈ ਘੱਲ ਕਲਾਂ ਵਾਲਾ ਨੌਜਵਾਨ ਲੱਗਿਆ ਹੋਇਆ ਲੱਤੀ ਮਲਕੀਤ ਔਗੜਾ ਵਾਲੇ ਉਸ ਬੱਚੇ ਦੇ ਲਈ 100 ਰੁਪਇਆ ਪੁੱਜਦਾ ਕਰਦੇ ਆ ਤੇ ਮਾਇਆ ਦੇ ਗੱਫੇ ਉਹਨਾਂ ਤੱਕ ਹੀ ਪੁੱਜਦੇ ਕਰਦੇ ਜੀ ਇੱਧਰ ਨੌਜਵਾਨ ਨੇ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜ ਦਿੱਤਾ ਹੈ ਝੰਡਿਆਣਾ ਪਿੰਡ ਹੈ ਕਹਿੰਦੇ ਰਵੀ ਨਾਮ ਹੈ ਇਸ ਗੜਾਰੀ ਦਾ ਲਓ ਝੰਡਿਆਣੇ ਦਾ ਨੌਜਵਾਨ ਰਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਦੱਦਾ ਊਰ ਤੇ ਬਰੇ ਸੁਨੇਰ ਤੇ ਭਲੂਰ ਰੌਲੀ ਤੇ ਰੱਜੀ ਵਾਲਾ ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ ਲਓ ਇਸ ਲਈ ਕਹਿੰਦੇ ਰਵੀ ਝੰਡਿਆਣੇ ਦਾ ਪੁਆਇੰਟ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਦੀ ਟੀਮ ਦੇ ਲਈ ਜੋੜਦਾ ਲਓ ਫਰੀਦਕੋਟੀਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲਓ ਇਸ ਲਈ ਕਹਿੰਦੇ ਅਮਨਦੀਪ ਸਿੰਘ ਅੰਬੂ ਘੱਲ ਕਲਾਂ ਵਾਲਾ ਪੂਰੀ ਟਰਾਈ ਕਰਦਾ ਹੋਇਆ ਤੇ ਪੁਆਇੰਟ ਕਹਿੰਦੇ ਨੌਜਵਾਨ ਫਰੀਦਕੋਟੀਆ ਆਪਣੀ ਟੀਮ ਲਈ ਜੋੜਦਾ ਜ਼ਿਲ੍ਹੇ ਫਿਰੋਜ਼ਪੁਰ ਦੇ ਹਰਦਾਸੇ ਪਿੰਡ ਦਾ ਹਰਦਿਆਲ ਦਾ ਵੀਰ ਸੁੱਖ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ 4 ਜਾਫੀ ਕਹਿੰਦੇ ਫਰੀਦਕੋਟ ਦੀ ਧਰਤੀ ਦੇ ਤਿਆਰ ਨੇ ਕਹਿੰਦੇ ਜਿਸ ਜ਼ਿਲ੍ਹੇ ਨੇ ਹਰਜੀਤ ਬਰਾੜ ਵਰਗੇ ਖਿਡਾਰੀ ਪੈਦਾ ਕੀਤੇ ਹੈ ਲਓ ਇਸ ਲਈ ਸੁੱਖ ਅਰਦਾਸੇ ਵਾਲਾ ਘੱਲ ਕਲਾਂ ਦੀ ਟੀਮ ਦੇ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਅਗਲੇ ਮੈਚ ਦੀਆਂ ਟੀਮਾਂ ਬਰੇ ਤੇ ਦੱਦਾ ਊਰ ਸੁਨੇਰ ਤੇ ਭਲੂਰ ਰੌਲੀ ਤੇ ਰੱਜੀ ਵਾਲਾ ਲੁਹਾਮ
ਤੇ ਡੋਲੀ ਭਗਤਾ ਭਾਈ ਕਾ ਤੇ ਕੋਟ ਕਰੋੜ ਇਹ ਸਾਰੀਆਂ ਟੀਮਾਂ ਆਪਾਂ ਆਪਣੇ ਮੈਚ ਅਨੁਸਾਰ ਪੁੱਜਣ। ਇਧਰ ਬੱਚੇ ਨੇ ਮੋਟਰਸਾਈਕਲ ਖਿੱਚਣਾ। ਅਗਲੇ ਮੈਚ ਦੀਆਂ ਟੀਮਾਂ ਦੱਦਾ ਊੜ ਤੇ ਬਰੇ ਟੀਮਾਂ ਜਲਦੀ ਨਾ ਪੁੱਜਣ। ਰੌਲੀ ਦੀ ਟੀਮ ਨੂੰ ਬੇਨਤੀ ਹੈ, ਰੱਜੀ ਵਾਲੇ ਦੀ ਟੀਮ ਪੁੱਜੀ ਹੋਈ ਹੈ, ਰੌਲੀ ਦੀ ਟੀਮ ਜਲਦੀ ਨਾ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਲਾ ਪਈ ਹੋਈ ਕਬੱਡੀ ਇਸ ਨੌਜਨ ਦੀ ਤੇ ਨੌਜਨ ਜਾਫੀ ਪੂਰੀ ਟਰਾਈ ਕਰ ਰਿਹਾ ਖੇਡ ਮੈਦਾਨ ਦੇ ਵਿੱਚ। ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ। ਸਿੱਖ ਸਰਦਾਰ ਗੱਭਰੂ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਚਾਰ ਜਾਫੀਆਂ ਵਿੱਚੋਂ ਕੌਣ ਜਫਾ ਲਾਉਂਦਾ? ਲਾ ਪਈ ਹੋਈ ਕਬੱਡੀ ਤੇ ਮੇਰੇ ਵੀਰੋ ਕਿ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇ ਕੇ। ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇਡ, ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜਫਾ ਤੇ ਦੁਨੀਆਂ ਪੈਂਦੀ ਨੱਚ। ਮਿੱਤਰੋ ਕਬੱਡੀ ਖੇਡ ਇਹ ਪੰਜਾਬੀਆਂ ਦੀ ਮਾਂ, ਇਹ ਗੱਲ ਸੋਹਰਾ ਨੇ ਸੱਚ। ਮਿੱਤਰੋ ਲਓ ਰਵੀ ਕਬੱਡੀ ਪਾ ਰਿਹਾ ਇੱਕ ਪਾਸੇ ਗਾਲਬ ਦਾ ਬਿੱਲਾ ਤੇ ਦੂਸਰੇ ਪਾਸੇ ਦਿਆਲਪੁਰੇ ਵਾਲਾ ਦੇਵ ਫੈਸਲੇ ਕਰ ਰਹੇ ਇਹਨਾਂ ਮੈਚਾਂ ਦੇ। ਰਵੀ ਨੌਜਨ ਪੁਆਇੰਟ ਆਪਣੀ ਟੀਮ ਲਈ ਜੋੜਦਾ। ਪਾਵੀ ਗੱਭਰੂ ਅਗਲੀ ਕਬੱਡੀ। ਅੰਬੂ ਘੱਲ ਕਲਾਂ ਵਾਲਾ ਮੇਰੇ ਵੀਰੋ ਕਰਦਾ ਹੋਇਆ ਟਰਾਈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ। ਫਰੀਦਕੋਟ ਵਾਲਾ ਗੱਭਰੂ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਸੁਖ ਅਰਦਾਸੇ ਦਾ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਉਧਰ ਚੌਂ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਹੁਣ ਕੌਣ ਜਫਾ ਲਾਉਂਦਾ। ਅਰਦਾਸੇ ਵਾਲੇ ਸੁੱਖ ਦੀ ਪਈ ਹੋਈ ਕਬੱਡੀ ਤੇ ਬੋਲੋ ਧਾਵੇ ਨੂੰ ਕੌਣ ਠੱਲ ਪਾਵੇਗਾ? ਗੱਲ ਸਮੇਂ ਦੀ ਹੈ। ਇਧਰ ਬਿੱਲੇ ਦਾ ਫੈਸਲਾ ਵੀ ਇਹ ਪੁਆਇੰਟ ਜਿਹੜਾ ਸੁੱਖ ਅਰਦਾਸੇ ਵਾਲਾ ਘੱਲ ਕਲਾਂ ਦੀ ਟੀਮ ਲਈ ਜੋੜ ਚੁੱਕਿਆ ਹੈ। ਅਗਲੇ ਮੈਚ ਦੀਆਂ ਟੀਮਾਂ ਦੱਦਾ ਊੜ ਤੇ ਬਰੇ, ਸੁਨੇਰ ਤੇ ਭਲੂਰ, ਰੌਲੀ ਤੇ ਰੱਜੀ ਵਾਲਾ, ਲਵਾਮ ਤੇ ਡੋਲੀ, ਇਹ ਸਾਰੀਆਂ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੇ ਜਾਣ। ਲਓ ਫਰੀਦਕੋਟ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਖੇਡ ਕਬੱਡੀ ਮੁੜ ਤੋਂ ਹੀ ਜਿੰਦਜਾਨ ਪੰਜਾਬੀਆਂ ਦੀ, ਵਿੱਚ ਵਿਦੇਸ਼ਾਂ ਉੱਚੀ ਕਰਦੀ ਸ਼ਾਨ ਪੰਜਾਬੀਆਂ ਦੀ, ਵਾਂਗ ਮਸਾਲਾ ਚਿਹਰੇ ਦੱਗਦੇ ਨੇ ਭਲਵਾਨਾਂ ਦੇ, ਵਿੱਚ ਮੈਦਾਨੀ ਪਰਖੇ ਜਾਂਦੇ ਜ਼ੋਰ ਜਵਾਨਾਂ ਦੇ, ਵਿੱਚ ਮੈਦਾਨੀ ਪਰਖੇ ਜਾਂਦੇ ਜ਼ੋਰ ਜਵਾਨਾਂ ਦੇ। ਹੁਣ ਅੰਬੂ ਨੇ ਤਗੜਾ ਜਫਾ ਲਾਇਆ। ਹਾਂਜੀ ਬਾਈ ਜੀ, 4 ਵਜੇ ਲੰਗਰ ਦੀ ਸਮਾਪਤੀ ਹੋ ਜਾਣੀ, ਜੇ ਕੋਈ ਵੀਰ ਲੰਗਰ ਛਕਣ ਵਾਲੋ ਰਹਿੰਦਾ ਤਾਂ ਕਿਰਪਾ ਕਰਕੇ ਜਾ ਕੇ ਸਟੇਜ 'ਚ ਛਕ ਆਵੇ। ਹਾਂਜੀ, ਇਸ ਮੈਚ ਵਿੱਚ ਘੱਲ ਕਲਾਂ ਵੀ ਜੇਤੂ ਹੋਈ, 9.5 ਘੱਲ ਕਲਾਂ, ਫਰੀਦਕੋਟ 5। ਅਗਲਾ ਮੈਚ ਦੱਦਾ ਊੜ ਤੇ ਬਰੇ, ਦੋਨੋਂ ਟੀਮਾਂ ਲਾਈਨ ਦੇ ਉੱਪਰ ਆ ਜਾਣ। ਦੱਦਾ ਊੜ ਤੇ ਬਰੇ ਦੋਨੋਂ ਟੀਮਾਂ ਦੇ ਪ੍ਰੇਮ ਲਾਈਨ ਦੇ ਉੱਪਰ ਪੁੱਜਣ। ਦੱਦਾ ਊੜ ਤੇ ਬਰੇ, ਸੁਨੇਰ ਤੇ ਭਲੂਰ, ਰੌਲੀ ਤੇ ਰੱਜੀ ਵਾਲਾ, ਲੋਹਾਮ ਤੇ ਡੋਲੀ, ਭਗਤਾ ਭਾਈਕਾ ਤੇ ਕੋਟ ਕਰੋੜ, ਇਹ ਵੀ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ। ਇੱਧਰ ਹਰਪ੍ਰੀਤ ਸਿੰਘ ਛਾਲਾ ਲਾਵੇਗਾ, ਇਸ ਨੌਜਵਾਨ ਦਾ ਵੀ ਮਾਨ ਸਨਮਾਨ ਕਰਨਾ ਹੈ। ਰੌਲੀ ਦੀ ਟੀਮ ਜਲਦੀ ਨਾਲ ਗਰਾਊਂਡ 'ਚ ਪੁੱਜੇ। ਰੌਲੀ ਦੱਦਾ ਊੜ ਤੇ ਬਰੇ, ਇਹ ਮੈਚ ਹੋਣਾ, ਦੋਨੋਂ ਟੀਮਾਂ ਪੁੱਜਣ। ਦੱਦਾ ਊੜ ਤੇ ਬਰੇ, ਕਿਵੇਂ
ਹੈਲੋ ਹਾਂ ਬਾਈ ਜੀ ਮੈਚ ਛੇਤੀ ਸਟਾਰਟ ਕਰ ਦਿਆ ਕਰੋ, ਆਪਣੇ ਕੋਲ ਟੀਮਾਂ ਬਹੁਤ ਆ, ਟਾਈਮ ਨਾ ਖਰਾਬ ਕਰੋ। ਲਓ ਜਿਹੜੀ ਟੀਮ ਮੇਰੇ ਵੀਰ ਦੁੱਧਾ ਉਰ ਦੀ ਟੈਂਕੀ ਵਾਲੀ ਸਾਈਡ ਤੇ ਦੂਸਰੇ ਪਾਸੇ ਵਰਿਆਂ ਦੀ ਟੀਮ ਹੈ, ਸਾਢੇ ਸੱਤ ਜਾਂ ਅੱਠ ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਏ ਪਹਿਲੇ ਰਾਊਂਡ ਦੇ ਵਿੱਚ ਉਹ ਟੀਮ ਜੇਤੂ ਹੋਵੇਗੀ। ਸਨੇਲ ਤੇ ਭਲੂਰ, ਰੌਲੀ ਤੇ ਰੱਜੀ ਵਾਲਾ, ਲੋਹਾਮ ਤੇ ਡਰੋਲੀ, ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ। ਲਓ ਇਸ ਵੇਲੇ ਕਾਲਾ ਨੌਜਵਾਨ ਦੁੱਧਾ ਉਰ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਚਾਰ ਜਾਫੀ ਤਿਆਰ ਨੇ। ਇੱਧਰ ਵੇਖਦਾ ਵੀ ਨੌਜਵਾਨ ਕਰਦਾ ਹੋਇਆ ਟਰਾਈ ਜਾਫੀ ਤੇ ਪੁਆਇੰਟ ਧਾਵੀ ਦੇ ਹਿੱਸੇ ਜੋੜਦਾ ਹੈ। ਭਾਣਾ ਪਿੰਡ ਹੈ ਕੋਟਕਪੁਰੇ ਦੇ ਲਾਗੇ, ਜ਼ਿਲ੍ਹੇ ਫਰੀਦਕੋਟ ਦੀ ਗੱਲ ਹੈ, ਜਿੱਥੋਂ ਦਾ ਸੇਵਕ ਮਸ਼ਹੂਰ ਕਬੱਡੀ ਖਿਡਾਰੀ ਉਸੇ ਪਿੰਡ ਦਾ ਜਿੰਦਰ ਕਬੱਡੀ ਪਾ ਰਿਹਾ। ਇੱਧਰ ਨੌਜਵਾਨ ਦਰਸ਼ਕਾਂ ਦੀ ਕਚਹਿਰੀ ਵਿੱਚ ਗੇੜਾ ਲਾਵੇਗਾ, ਇਹਦਾ ਜ਼ਰੂਰ ਮਾਨ ਸਨਮਾਨ ਕਰਨਾ ਹੈ। ਲਓ ਭਾਣੇ ਵਾਲਾ ਜਿੰਦਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਚਾਰ ਜਾਫੀ ਕਹਿੰਦੇ ਤਿਆਰ ਨੇ। ਹੁਣ ਵੇਖਦਾ ਵੀ ਚੌਹ ਦੇ ਵਿੱਚ ਉਹ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾ ਜਾਂ ਪੁਆਇੰਟ ਜੋੜਦਾ। ਤਾਂ ਇਸ ਲਈ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਐਡਜਸਟ ਹੁੰਦਾ ਹੋਇਆ। ਅਗਲੀ ਕਬੱਡੀ ਨੌਜਵਾਨ ਪਾਉਣ ਦੇ ਲਈ ਮੇਰੇ ਵੀਰ ਤਾਰੀ ਖੇਡ ਮੈਦਾਨ ਦੇ ਵਿੱਚ ਤਾਰੀ ਕਰਦਾ ਹੋਇਆ, ਲਓ ਤਾਰੀ ਨੌਜਵਾਨ ਲਾ ਹੱਥਾਂ ਨੂੰ ਕਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਰੌਲੀ ਤੇ ਰੱਜੀ ਵਾਲਾ, ਲੋਹਾਮ ਤੇ ਡਰੋਲੀ, ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ। ਲਓ ਪਈ ਹੋਈ ਨੌਜਵਾਨ ਦੀ ਕਬੱਡੀ ਸਾਹਮਣੇ ਵੇਖੋ ਵੀ ਨੌਜਵਾਨ ਟਰਾਈ ਕਰਦਾ ਜਾਫੀ ਤੇ ਨੌਜਵਾਨ ਤਾਰੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ। ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਯੋਧਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਰਿਆਂ ਵਾਲਾ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ, ਲੱਗਾ ਰੱਬ ਨੂੰ ਇੱਥੇ ਆਉਣ ਲੋਕੋ, ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ, ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ, ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ। ਲਓ ਵੱਧ ਚੜ ਕੇ ਕਬੱਡੀ ਪੈ ਰਹੀ ਹੈ ਤੇ ਨੌਜਵਾਨ ਯੋਧਾ ਪੁਆਇੰਟ ਆਪਣੀ ਟੀਮ ਲਈ ਜੋੜਦਾ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਕਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਸਨੇਰ ਤੇ ਭਲੂਰ, ਰੌਲੀ ਤੇ ਰੱਜੀ ਵਾਲਾ, ਇਹ ਵੀ ਟੀਮਾਂ ਦੇ ਪਲੇਅਰ ਪੁੱਜਣ। ਨਾਲ ਹੀ ਸਾਡੇ ਵੀਰ ਮੇਰੀ ਬੇਨਤੀ ਹੈ ਅਮਰੀਕ ਜੀ, ਉਹ ਵੀ ਖੇਡ ਮੈਦਾਨ ਦੇ ਲਾਗੇ ਆ ਜਾਣ ਗੋਸੇ ਗੋਡਲੇ ਵਾਲੇ। ਲਓ ਇਸ ਵੇਲੇ ਪਈ ਹੋਈ ਨੌਜਵਾਨ ਦੀ ਕਬੱਡੀ ਤੇ ਕੌਣ ਜੱਫਾ ਲਾਵੇਗਾ, ਬੋਲਿਆ ਹੋਇਆ ਧਾਵੀ ਦਾ ਧਾਵਾ, ਨੌਜਵਾਨ ਲੱਗਿਆ ਹੋਇਆ ਲੱਤੀ, ਤਾਂ ਮੁਕਾਬਲਾ ਸਖ਼ਤ ਹੈ ਦੋਨੋਂ ਗੱਭਰੂਆਂ ਦੇ ਦਰਮਿਆਨ, ਉੱਡਦੀ ਹੋਈ ਧੂੜ ਤੇ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਕਾਲੇ ਨੇ ਆਪਣੀ ਟੀਮ ਲਈ ਜੋੜ ਦਿੱਤਾ। ਜਿੰਦਰ ਭਾਣੇ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਧਾ ਹੋਇਆ। ਹੈਲੋ ਬਾਈ ਜੀ, ਪੁਆਇੰਟਾਂ ਵਾਲਿਆਂ ਕੋਲ ਜੋ ਵੀਰਾਂ ਕੋਲ ਜਿਹੜਾ ਕੋਈ ਵਾਧੂ ਬੰਦਾ ਬੈਠਾ ਹੈ ਉਹ ਮੇਰਾ ਵੀਰ ਪਾਸੇ ਬਾਈ ਵੀਰੇ, ਤੂੰ ਬੇਸ਼ੱਕ ਇੱਥੇ ਬੈਠਾ ਰਹਿ। ਹੈਲੋ, ਇਸ ਮੈਚ ਦਾ ਰਿਜ਼ਲਟ ਰੋਕਿਆ ਜਾਵੇ ਜੀ, ਇਹਦਾ ਰਿਜ਼ਲਟ ਰੋਕਣਾ। ਲਓ ਇਸ ਲਈ ਕਹਿੰਦੇ ਤਾਰੀ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਚਾਰ ਜਾਫੀ ਤਿਆਰ ਨੇ। ਹੁਣ ਵੇਖਦਾ ਵੀ ਚੌਹ ਦੇ ਵਿੱਚੋਂ ਕੌਣ ਜੱਫਾ ਲਾਵੇਗਾ, ਧਾਵੀ ਦਾ ਬੋਲਿਆ ਹੋਇਆ ਧਾਵਾ, ਚੌਹ ਜਾਫੀਆਂ ਵਿੱਚੋਂ ਕੌਣ ਠੱਲ ਪਾਉਂਦਾ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਝੇ, ਕੌਣ ਠੱਲੇ ਤੂਫਾਨਾਂ ਨੂੰ, ਸਾਗਰ ਵਿੱਚ ਨਾ ਪੈਂਦੇ ਕੁੱਝੇ, ਸਾਗਰ ਵਿੱਚ ਨਾ ਪੈਂਦੇ ਕੁੱਝੇ। ਲਓ ਫੈਸਲਾ ਕੀ ਹੈ, ਪੁਆਇੰਟ ਕਿਹਦਾ,
ਪੁਆਇੰਟ ਜਾਫੀ ਦਾ ਪੁਆਇੰਟ ਇਸ ਲਈ ਜਿਹੜਾ ਜਾਫੀਆਂ ਦੇ ਹਿੱਸੇ ਐਡਜਸਟ ਹੋਇਆ ਲਾ ਬਰਿਆਂ ਵਾਲਾ ਨੌਜਵਾਨ ਯੋਧਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਚਾਰ ਜਾਫੀਆਂ ਵਿੱਚੋਂ ਹੁਣ ਵੇਖਦਾ ਵੀ ਕੌਣ ਜਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਐਡਜਸਟ ਕੀਤਾ ਕਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਕਾੜਿਆਂ ਆ ਕੇ ਚਿਹਰੇ ਦਗਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਦੁਨੀਆਂ ਪਹੁੰਚੀ ਜਾਂਦੀ ਹੈ ਦੂਰੋਂ ਨੇੜੇ ਉਮਮ ਆ ਕੇ ਸਿੰਘ ਫਸਣੀ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਸਿੰਘ ਫਸਣੀ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਲਾ ਪਈ ਹੋਈ ਕਬੱਡੀ ਵਾਹ ਨੌਜਵਾਨਾਂ ਨਹੀਂ ਉਰੀਸਾ ਦੇ ਰਹੀਆਂ ਪਰ ਪੁਆਇੰਟ ਇਸ ਲਈ ਕਹਿੰਦੇ ਨੌਜਵਾਨ ਕਾਲੇ ਨੇ ਆਪਣੀ ਟੀਮ ਲਈ ਜੋੜਿਆ ਅਗਲੀ ਕਬੱਡੀ ਭਾਣੇ ਵਾਲਾ ਜਿੰਦਰ ਨੌਜਵਾਨ ਪਾਉਣ ਦੇ ਲਈ ਮੇਰੇ ਵੀਰੋ ਵਾਧਾ ਹੋਇਆ ਕਿ ਪੀ ਕੇ ਦੁੱਧ ਤੋਂ ਮਲਾਈਆਂ ਜਾਰੋ ਚੱਟਦੇ ਖੇਡ ਖੇਡ ਕੇ ਕਬੱਡੀ ਵਾਹਵਾ ਖੜਦੇ ਸਾਡੀ ਕੌਮ ਦਾ ਇਹ ਸਰਮਾਇਆ ਤੇ ਪੰਜਾਬ ਦੀ ਇਹ ਸ਼ਾਨ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੁਮਾਣ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੁਮਾਣ ਮਿੱਤਰੋ ਮਾਣ ਹੈ ਇਹਨਾਂ ਹੀਰਿਆਂ ਤੇ ਪੰਜਾਬ ਦੀ ਧਰਤੀ ਨੂੰ ਲਾਓ ਇਸ ਲਈ ਲੱਗ ਗਿਆ ਜਫਾ ਤੇ ਪੁਆਇੰਟ ਜਿਹੜਾ ਇਸ ਲਈ ਮੇਰੇ ਵੀਰੋ ਦੱਧਾ ਓੜ ਦੀ ਟੀਮ ਦੇ ਹਿੱਸੇ ਜੁੜਿਆ ਅਗਲੀ ਕਬੱਡੀ ਪਾਉਣ ਦੇ ਲਈ ਤਾਰੀ ਨੌਜਵਾਨ ਫਿਰ ਵਧਾ ਹੋਇਆ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਸੁਨੇਰ ਤੇ ਭਲੂਰ ਰੌਲੀ ਤੇ ਰੱਜੀਵਾਲਾ ਲੁਹਾਮ ਤੇ ਡੋਲੀ ਭਗਤਾ ਭਾਈਕਾ ਤੇ ਕੋਟ ਕਰੋੜ ਮਾਲਾ ਏ ਤੇ ਸੁਰ ਸਿੰਘ ਵਾਲਾ ਬਘੇਲਾ ਏ ਤੇ ਡਗਰੂ ਇਹ ਟੀਮਾਂ ਪਹੁੰਚਣ ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਸੁਨੇਰ ਤੇ ਭਲੂਰ ਇਸ ਮੈਚ ਦਾ ਫੈਸਲਾ ਪ੍ਰਬੰਧਕੀ ਕਮੇਟੀ ਕਰੇਗੀ ਸੁਨੇਰ ਤੇ ਭਲੂਰ ਦੀਆਂ ਟੀਮਾਂ ਦੇ ਪਲੇਅਰ ਜਿਹੜੇ ਪਹੁੰਚਣ ਹੈਲੋ ਦੋਨਾਂ ਟੀਮਾਂ ਨੇ ਦੋ ਦੋ ਖਿਡਾਰੀ ਇੱਥੇ ਪਹੁੰਚੋ ਜੀ ਇੱਧਰ ਸਟੇਜ ਤੇ ਰੌਲੀ ਦੀ ਟੀਮ ਨੂੰ ਅਸੀਂ ਕਾਫੀ ਵੇਰ ਬੇਨਤੀ ਕੀਤੀ ਹੈ ਰੌਲੀ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਵੇ ਇਕਬਾਲ ਸਿੰਘ ਜੀ ਚਹਿਲ ਸਨ ਆਫ ਅਮਰਜੀਤ ਸਿੰਘ ਜੀ ਚਹਿਲ ਅਗਲੇ ਸਾਲ 25,000 ਰੁਪਏ ਦੇ ਯੋਗਦਾਨ ਪਾਉਣਗੇ ਇਸ ਟੂਰਨਾਮੈਂਟ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਧਰ ਨੌਜਵਾਨ ਨੇ ਮੋਟਰਸਾਈਕਲ ਖਿੱਚਣਾ ਇਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਸੁਨੇਰ ਤੇ ਭਲੂਰ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਕਰਵਾਇਆ ਜਾਣਾ ਅਮਰੀਕ ਸਾਡਾ ਵੀਰ ਕੋਸੇ ਕੋਟਲੇ ਵਾਲਾ ਅਗਲੀਆਂ ਸੇਵਾਵਾਂ ਦੇਵੇਗਾ ਅਗਲਾ ਮੈਚ ਸ਼ੁਰੂ ਕਰਾਓ ਜੀ ਦੱਦਾ ਊਰ ਦੀ ਟੀਮ ਪਹੁੰਚੋ ਇੱਥੇ ਹੀ ਦੋ ਪਲੇਅਰ ਦੱਦਾ ਊਰ ਵਾਲੇ ਪਹੁੰਚੋ ਕਿ ਅਸੀਂ ਆਪਦਾ ਫੈਸਲਾ ਦੇਈਏ ਜੀ ਬਾਈ ਟੀਮਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਆਇਆ ਕਰਨ ਗਰਾਊਂਡ ਦੇ ਵਿੱਚ ਸਾਰੀਆਂ ਟੀਮਾਂ ਨੂੰ ਬੇਨਤੀ ਆ ਬਾਈ ਜੀ ਜਲਦੀ ਤੋਂ ਜਲਦੀ ਆਓ ਗਰਾਊਂਡ ਖਾਲੀ ਨਾ ਹੋਣ ਦੇ ਟੀਮਾਂ ਦੇ ਆਪਣੇ ਕੋਲ ਮੈਚ ਬਹੁਤ ਜ਼ਿਆਦਾ ਮੁੜ ਕੇ ਅਸੀਂ ਤੁਹਾਨੂੰ ਦੋ ਦੋ ਕਬੱਡੀਆਂ ਦੇ ਕੇ ਮੈਚ ਕਰਾਵਾਂਗੇ ਮੁੜ ਕੇ ਕੋਈ ਫਾਇਦਾ ਨਹੀਂ ਆਪਾਂ ਦਰਸ਼ਕਾਂ ਨੂੰ ਮੈਚ ਦਿਖਾਉਣੇ ਆ ਬਾਈ ਜੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚਿਆ ਕਰੋ ਦੱਤਾ ਹੂਟ ਤੇ ਵਰੇ ਇਹਨਾਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਟੀਮਾਂ ਕਿਰਪਾ ਕਰਕੇ ਆਪਣੀਆਂ ਸਾਈਲਾਂ ਲੈ ਲੈਣ ਮੈਚ ਪੂਰਾ ਟੌਪ ਦਾ ਖੇਡਿਆ ਜਾਣਾ ਹੈ ਦੱਤਾ ਹੂਰ ਤੇ ਵਰੇ ਨਾਲ ਅਗਲਾ ਮੈਚ ਸੁਨੇਰ ਤੇ ਭਲੂਰ ਦੀ ਟੀਮਾਂ ਦਾ ਖੇਡਿਆ ਜਾਣਾ ਹੈ ਭਲੂਰ ਤੇ ਸੁਨੇਰ ਦਾ ਮੈਚ ਹੁਣ ਖੇਡਿਆ ਜਾਣਾ ਹੈ ਭਲੂਰ ਤੇ ਸੁਨੇਰ ਮੈਚ ਬਹੁਤ ਵਧੀਆ ਖੇਡਿਆ ਜਾਣਾ ਖੇਡਦੇ
ਮੈਦਾਨ ਦੇ ਵਿੱਚ ਇੱਕ ਪਾਸੇ ਉਹ ਦੁਨੀਆ ਦਾ ਮਹਾਨ ਪ੍ਰਮੋਟਰ ਸਰਦਾਰ ਮੇਤਰ ਸਿੰਘ ਜੀ ਬਰਾੜ ਭਲੂਰ ਵਾਲੇ ਉਹਨਾਂ ਦਾ ਪਿੰਡ ਹੈ, ਦੂਜੇ ਪਾਸੇ ਸੁਨੇਰ ਪਿੰਡ ਕਹਿੰਦੇ ਵੀ ਸੰਤ ਬਾਬਾ ਨਾਰ ਸਿੰਘ ਜੀ ਦੀ ਧਰਤੀ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ, ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ। ਮੈਚ ਪੂਰਾ ਟੌਪ ਦਾ ਖੇਡਿਆ ਜਾਣਾ ਹੈ। ਮੋਗਾ ਜ਼ਿਲ੍ਹਾ ਕਹਿੰਦੇ ਵੀ 10 ਲੱਖ ਦੇ ਲਗਭਗ ਆਬਾਦੀ ਹੈ, 4 ਵਿਧਾਨ ਸਭਾ ਦੇ ਹਲਕੇ ਹੈ, ਖਿਡਾਰੀ ਪੂਰੇ ਟੌਪ ਦੇ ਕੀਤੇ ਹੈ, ਪੈਦਾ ਕੀਤੇ ਹੈ। ਕਿਸੇ ਸਮੇਂ ਦੇ ਵਿੱਚ ਕਹਿੰਦੇ ਮੋਗੇ ਦੀਆਂ 30 ਪ੍ਰਸਿੱਧ ਹੋਇਆ ਕਰਦੀਆਂ ਸੀ, ਜਿਵੇਂ ਅੱਜ ਕੱਲ੍ਹ ਕਹਿੰਦੇ ਵੀ ਮੁਕਤਸਰ ਦੀ ਮਾਘੀ ਪ੍ਰਸਿੱਧ ਹੈ, ਅੰਮ੍ਰਿਤਸਰ ਦੀ ਦੀਵਾਲੀ ਮਸ਼ਹੂਰ ਹੈ। ਮੈਚ ਸ਼ੁਰੂ ਕਰਵਾ ਦਈਏ। ਅੰਗਰੇਜ਼ ਸਿੰਘ ਜੀ ਬੱਲਾ ਆਪਣੇ ਸਮੇਂ ਦੇ ਪ੍ਰਸਿੱਧ ਰਹੇ, ਅਖੰਡ ਮਿਲ ਜੀਰਾ ਦੀ ਟੀਮ ਲਈ ਵੀ ਕਬੱਡੀ ਖੇਡੀ ਹੈ ਤੇ ਘੱਲਾਂ ਵਾਲੇ ਲਛਮਣ ਦੇ ਨਾਲ ਬੱਲੇ ਬੱਲੇ ਕਰਵਾਈ ਹੈ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਭਲੂਰ ਤੇ ਸੁਨੇਰ ਬਾਈ, ਅਗਲਾ ਟੀਮਾਂ ਨੂੰ ਬੁਲਾ ਲਓ। ਦੱਦਾ ਹੂਰ ਤੇ ਵਰਿਆਂ ਦਾ ਮੈਚ ਹੋ ਗਿਆ ਜੀ ਸੁੱਕੇ ਬਾਈ? ਹਾਂਜੀ ਹੋ ਗਿਆ ਜੀ। ਠੀਕ ਹੈ, ਧੰਨਵਾਦ ਵੱਡੇ ਬਾਈ। ਅਗਲੇ ਮੈਚਾਂ ਲਈ ਆਓ ਜੀ ਰੌਲੀ ਤੇ ਰੱਜੀ ਵਾਲਾ ਮੈਚ। ਇਹ ਵੀ ਕਹਿੰਦੇ ਸਿੰਘ ਹੈ, ਰੌਲੀ ਤੇ ਰੱਜੀ ਵਾਲਾ ਦੋਨੇ ਟੀਮਾਂ ਨੂੰ ਬੇਨਤੀ ਹੈ ਰੱਜੀ ਵਾਲੇ ਦੀ ਟੀਮ ਗਰਾਊਂਡ 'ਚ ਹੈ, ਰੌਲੀ ਦੀ ਟੀਮ ਆ ਜਾਵੇ। ਬਾਈ ਜੀ ਮੈਚ ਸਟਾਰਟ ਕਰਾਓ, ਕੀ ਰੌਲਾ ਜੀ ਇਹਨਾਂ ਦਾ ਆਉਣਾ? ਜਲਦੀ ਮੈਚ ਸਟਾਰਟ ਕਰਾਓ ਬਾਈ ਜੀ, ਜਲਦੀ। ਮੈਚ ਸ਼ੁਰੂ ਕਰਵਾ ਦਿਓ ਕਿਰਪਾ ਕਰਕੇ, ਮੇਰੀ ਬੇਨਤੀ ਹੈ ਵੀ ਆਪਾਂ ਰੌਲਾ ਨਹੀਂ ਪਾਉਣਾ, ਹੱਥ ਬੰਨ ਕੇ ਬੇਨਤੀ ਹੈ ਵੀ ਮੈਚ ਸ਼ੁਰੂ ਕਰਵਾ ਦਿਓ। ਬਾਰਡਰ ਲਾਈਨ ਤੇ ਬਾਉਂਡਰੀ ਲਾਈਨ ਤੇ ਇੱਕ ਇੱਕ ਰੈਫਰੀ ਲਾ ਦਿੱਤਾ ਜਾਵੇ ਕਿਰਪਾ ਕਰਕੇ, ਇੱਕ ਇੱਕ ਰੈਫਰੀ ਜਿਹੜਾ ਉਹ ਲਾਈਨ ਤੇ ਲਾ ਦਿੱਤਾ ਜਾਵੇ, ਮੇਰੀ ਬੇਨਤੀ ਹੈ। ਬਾਈ ਜੀ ਇਹਨਾਂ ਦੀਆਂ ਟੀਮਾਂ ਦੀਆਂ ਰੇਡਾਂ ਕੱਢ ਦਿਓ ਜੀ, ਪੈਂਟ ਕਟਾਓ ਇਹਨਾਂ ਦਾ ਰੌਲਾ ਪਾਈ ਜਾਂਦੇ ਜੀ ਇਹ। ਚੱਲ ਇਹਨਾਂ ਨੂੰ ਜਲਦੀ ਮੈਚ ਸਟਾਰਟ ਕਰਾ ਲਓ, ਤੇ ਨਹੀਂ ਹੋਏ ਬਾਈ ਜੀ ਰੇਡਾਂ ਕਟਾ ਦੇਣਾ ਆਪਣੀ ਟੀਮ ਦਾ। ਉਹ ਬਾਈ ਜੀ ਜਿਹੜਾ ਖਿਡਾਰੀ ਇੱਕ ਵਾਰੀ ਇੱਕ ਟੀਮ 'ਚ ਖੇਡ ਗਿਆ ਉਹ ਦੂਜੀ ਟੀਮ 'ਚ ਨਹੀਂ ਖੇਡ ਸਕਦਾ, ਉਹਨੂੰ ਬਾਹਰ ਵਧਾ ਦਿੱਤਾ ਜਾਵੇ। ਹੈਲੋ ਬਾਈ, ਜਿਹੜੀ ਟੀਮ ਪਹਿਲਾਂ ਆਉਂਦੀ ਹੁੰਦੀ ਆ ਰੈਫਰੀ ਨੂੰ ਨੋਟ ਕਰਾਇਆ ਕਰੋ ਆ ਕੇ। ਬਾਈ ਜੀ ਨੂੰ ਪਤਾ ਕਿਹੜੀ ਟੀਮ ਪਹਿਲਾਂ ਆਈ ਆ ਕੇ ਦੱਸੇ ਨਾ ਰੌਲਾ ਨੇੜੇ। ਮੈਚ ਸ਼ੁਰੂ ਕਰਵਾ ਦਿਓ, ਆਪਾਂ ਰੌਲਾ ਨਹੀਂ ਪਾਉਣਾ, ਮੇਰੀ ਬੇਨਤੀ ਹੈ ਟੀਮਾਂ ਨੂੰ। ਨਾਲ ਹੀ ਇੱਕ ਛੋਟਾ ਜਿਹਾ ਬੱਚਾ ਮੋਟਰਸਾਈਕਲ ਖਿੱਚ ਰਿਹਾ ਦੰਦਾਂ ਦੇ ਨਾਲ, ਉਹਦਾ ਵੀ ਤੁਸੀਂ ਮਾਨ ਸਨਮਾਨ ਕਰਨਾ ਹੈ। ਤਾੜੀ ਮਾਰ ਦੋ ਇੱਕ ਵਾਰੀ, ਉਹਨੇ ਮੋਟਰਸਾਈਕਲ ਖਿੱਚਿਆ ਛੋਟਾ ਜਿਹਾ ਬੱਚਾ। ਮੈਚ ਸ਼ੁਰੂ ਕਰਵਾ ਦਿਓ ਕਿਰਪਾ ਕਰਕੇ, ਮੇਰੀ ਬੇਨਤੀ ਹੈ। ਭਲੂਰ ਤੇ ਸੁਨੇਰ, ਜੇਕਰ ਕੋਈ ਨਹੀਂ ਫੈਸਲਾ ਆਉਂਦਾ ਵਾ
ਅਭਿਆਸ ਕਰਾ ਕੇ ਲੋੜੋ ਕੰਮ ਯਾਰ, ਕਿਉਂ ਟਾਈਮ ਖਰਾਬ ਕਰੀ ਜਾਂਦੇ ਆ। ਹਾਂਜੀ ਬਾਈ ਜੀ, ਸਾਡੇ ਕਮੇਟੀ ਨੇ ਬਣਾ ਲਿਆ, ਪਹਿਲਾਂ ਸਨੇਰਾ ਦੀ ਟੀਮ ਆ ਗਈ, ਸਨੇਰਾ ਦੀ ਪਹਿਲੀ ਰੋੜ ਹੋਊਗੀ। ਬਾਈ ਜੀ ਖੀਰੇ ਬਾਈ ਭੋਲੇ, ਸਨੇਹਾ ਦੀ ਰੇਡ ਪਾਓ ਪਹਿਲੀ ਜੀ, ਸਨੇਹਾ ਦੀ ਕੋਟੀ ਹੋਊਗੀ ਪਹਿਲੀ ਬਾਈ ਜੀ। ਉਹ ਬਾਈ ਬਲੂਰ ਵਾਲੇ ਸੈਟ ਲਾ ਲਓ, ਸਨੇਹਾ ਦੀ ਕੋਟੀ ਹੋਊਗੀ ਪਹਿਲੀ। ਬਾਈ ਪਹਿਲਾਂ ਟੀਮ ਆਈ ਆ, ਸਾਡੀ ਵਲੰਟੀਅਰ ਵੀਰਾਂ ਨੂੰ ਪਤਾ ਇਹਨਾਂ ਦਾ ਜੀ। ਬਾਈ ਪਹਿਲਾਂ ਇਹਨਾਂ ਦੀ ਰੇਡ ਹੋਊਗੀ। ਹੈਲੋ, ਠੀਕ ਹੈ ਜੀ, ਲਓ ਦੇਖਾਂਗੇ ਵੀ ਸਾਹਮਣੇ ਕੋਸੇ ਕੋਟਲੇ ਵਾਲੇ ਮਰਦਾ ਦੀ ਪਾਈ ਹੋਈ ਕਬੱਡੀ ਦੀ ਔਰ ਚਾਰ ਯਾਸੀਆਂ ਦੇ ਵਿੱਚ ਉਹਨੇ ਵੱਧ ਕੇ ਕੀਤੀ ਆ ਕੋਸ਼ਿਸ਼। ਰੈਫਰੀ ਵੀਰਾਂ ਨੂੰ ਬੇਨਤੀ ਆ ਵੀ ਉਹ ਕਿਰਪਾ ਕਰਕੇ ਲਾਈਨ ਤੇ ਲੱਗ ਜਾਣ। ਪ੍ਰਬੰਧਕ ਵੀਰ ਕਹਿੰਦੇ ਵੀ ਨਹੀਂ, ਅਸੀਂ ਸ਼ਾਮ ਨੂੰ ਪੈਸੇ ਨਹੀਂ ਦੇਣੇ। ਮੇਰੀ ਬੇਨਤੀ ਆ ਵੀ ਰੈਫਰੀ ਲਾਈਨ ਤੇ ਲੱਗ ਜਾਣ। ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਆ ਵੀ ਇੱਕ ਇੱਕ ਰੈਫਰੀ ਲਾਈਨ ਤੇ ਲੱਗ ਜਾਵੇ। ਲਓ ਸਾਹਮਣੇ ਦੇਖਾਂਗੇ ਵੀ ਸੁਨੇਹਾ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਸੀ ਦੇਖਾਂਗੇ ਵੀ ਹੁਣ ਬੂਟਾ ਭਲੂਰ ਦੀ ਧਰਤੀ ਦਾ ਨੌਜਵਾਨ ਕਰਦਾ ਹੋਇਆ ਕੋਸ਼ ਵੱਧ ਕੇ ਖੇਡ ਦੇ ਮੈਦਾਨ ਦੇ ਵਿੱਚ। ਅੱਜ ਕਹਿੰਦੇ ਵੀ ਸੇਮਾ ਨੀ ਪੁੱਜਾ ਨੀ, ਗੱਲ ਵੱਖਰੀ ਹੋਣੀ ਸੀ। ਸਿਰੇ ਦਾ ਪਲੇਅਰ ਹੈ, ਲਓ ਹੁਣ ਦੇਖਾਂਗੇ ਕੁਲਵੀਰ ਸਿੰਘ ਹੈ, ਕੋਈ ਘੋਨਾ ਆਖਦਾ ਕੋਈ ਭਲਵਾਨ ਆਖਦਾ। ਲਓ ਸਾਹਮਣੇ ਕਹਿੰਦੇ ਵੀ ਭਲੂਰ ਵਾਲੇ ਭਲਵਾਨ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਸੀ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਕਿ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ। ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ। ਕੁਲਵੀਰ ਸਿੰਘ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ। ਲਓ ਸਾਹਮਣੇ ਗੋਲੂ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਸੁਨੇਹਾ ਦੀ ਧਰਤੀ ਦਾ ਨੌਜਵਾਨ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਕਬੱਡੀ ਪਾ ਰਿਹਾ। ਹੁਣ ਚਾਰ ਜਾਫੀ ਨੇ, ਇੱਕ ਪਾਸੇ ਕਹਿੰਦੇ ਗੁਰਪ੍ਰੀਤ ਭਲੂਰ ਦੀ ਧਰਤੀ ਦਾ ਲਗਾਤਾਰ 3 ਸਾਲ ਕੈਨੇਡਾ ਖੇਡਿਆ, ਤੇ 2 ਨੰਬਰ ਤੇ ਕਹਿੰਦੇ ਵੀ ਆਹ ਕਾਲ ਹੋਇਆ ਰਾਜਿਆਂ ਨੇ ਪਿੰਡ ਭਾਜੀ ਨੇ ਹੁਣ ਕੋਸ਼ਿਸ਼ ਕੀਤੀ ਸੀ। ਪਰ ਪੁਆਇੰਟ ਸੁਨੇਹਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਆਹ ਨੌਜਵਾਨ ਕਹਿੰਦੇ ਵੀ ਪਹਿਲੀ ਵਾਰ 2010 ਦੇ ਵਿੱਚ ਕੈਨੇਡਾ ਖੇਡਿਆ ਭਲੂਰ ਵਾਲੇ ਮੇਜਰ ਦੀ ਟੀਮ ਲਈ, ਕਰਮਪਾਲ ਸਿੱਧੂ ਦੀ ਟੀਮ ਲਈ ਖੇਡਿਆ, ਹਰਵਿੰਦਰ ਫਤਿਹਗੜ੍ਹ ਦੀ ਟੀਮ ਲਈ ਖੇਡਿਆ।
ਨਿਰਭੈ ਖੁਸ਼ ਕੋਟਲੇ ਵਾਲਾ ਕਬੱਡੀ ਪਾ ਰਿਹਾ ਹੈ। ਬਾਬੇ ਮੁਖਤਿਆਰ ਸਿੰਘ ਦਾ ਪੁੱਤਰ ਹੈ ਤੇ ਬਾਬੇ ਕਾਲਾ ਸਿੰਘ ਦਾ ਪੜ ਪੁੱਤਰ ਹੈ, ਮਾਂ ਰਣਜੀਤ ਕੌਰ ਦੀਆਂ ਅੱਖਾਂ ਦਾ ਤਾਰਾ ਹੈ ਤੇ ਗੁਰਦੇਵ ਸਿੰਘ ਦਾ ਸਪੁੱਤਰ ਜਿਹਨੇ ਹੁਣ ਪੁਆਇੰਟ ਆਪਣੀ ਟੀਮ ਲਈ ਜੋੜਿਆ ਹੈ। ਲਓ ਸਾਹਮਣੇ ਸੁਨੇਹਰਾ ਵਾਲਾ ਕਬੱਡੀ ਪਾ ਰਿਹਾ ਹੈ, ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਕਹਿੰਦੇ ਵੀ ਸਰਕਾਰੀ ਸਕੂਲ ਦੀਆਂ ਥੰਮਾਂ ਵਰਗੇ ਹੈ। ਕੌਣ ਵੱਧ ਕੇ ਜਫਾ ਲਾਊ, ਕੌਣ ਬੱਲੇ ਬੱਲੇ ਕਰਵਾਊ। ਲਓ ਇੱਕ ਪਾਸੇ ਕਹਿੰਦੇ ਵੀ ਫੌਜੀ ਹੈ, ਆ ਸਾਹਮਣੇ ਮੁੰਡਾ ਫਿਰ ਕਰਦਾ ਕੋਸ਼ਿਸ਼, ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ, ਸੁਨੇਹਰਾ ਦੀ ਟੀਮ ਦੇ ਹਿੱਸੇ, ਪੁਆਇੰਟ ਦਾ ਵਾਧਾ ਹੁੰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਰੌਲੀ ਤੇ ਰੱਜੀ ਵਾਲੇ ਦੀ ਡਾਂਗ ਖੜਕਣੀ ਹੈ, ਉਹ ਟੀਮਾਂ ਪਿਆਰ ਰਹਿਣ। ਰੌਲੀ ਤੇ ਰੱਜੀ ਵਾਲਾ ਉਹਨਾਂ ਦਾ ਮੈਚ ਅਗਲਾ ਖੇਡਿਆ ਜਾਣਾ ਹੈ, ਉਹ ਟੀਮਾਂ ਕਿਰਪਾ ਕਰਕੇ ਤਿਆਰ ਰਹਿਣ। ਲਓ ਸਾਹਮਣੇ ਕੁਲਵੀਰ ਸਿੰਘ ਕਹਿੰਦੇ ਭਲਵਾਨ ਕਬੱਡੀ ਪਾ ਰਿਹਾ ਹੈ, ਭਲੂਰ ਪਿੰਡ ਕਹਿੰਦੇ ਬਰਾੜਾ ਮੈਂ ਪਿੰਡ ਹੈ। ਲਓ ਦੇਖਾਂਗੇ ਵੀ ਸਾਹਮਣੇ ਕੁਲਵੀਰ ਸਿੰਘ ਕੋਨਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਸੁਨੇਹਰਾ ਦੀ ਧਰਤੀ ਦਾ ਨੌਜਵਾਨ ਦੇਖਾਂਗੇ ਵੀ ਹੁਣ ਅਗਲੀ ਕਬੱਡੀ ਪਾ ਰਿਹਾ। ਇੱਕ ਪਾਸੇ ਕਹਿੰਦੇ ਵੀ ਫੌਜੀ ਭਲੂਰ ਦੀ ਧਰਤੀ ਦਾ, ਦੂਜੇ ਪਾਸੇ ਕਹਿੰਦੇ ਵੀ ਬੂਟਾ ਸਿਰੇ ਦਾ ਜਾਫੀ ਹੈ। ਗੁਰਪ੍ਰੀਤ ਕਹਿੰਦੇ ਲਗਾਤਾਰ 3 ਸਾਲ ਕੈਨੇਡਾ ਖੇਡਿਆ ਤੇ ਕਾਲੂ ਨੂੰ ਤੂੰ ਕਹਿੰਦੇ ਹੁਣ ਦੁਨੀਆ ਜਾਣਦੀ ਹੈ। ਲਓ ਸਾਹਮਣੇ ਦੇਖਾਂਗੇ ਵੀ ਰਾਜਿਆਂ ਨੇ ਪਿੰਡ ਦਾ ਕਰਦਾ ਕੋਸ਼ਿਸ਼, ਪਰ ਡਬਲ ਟੱਚ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ, ਸੁਨੇਹਰਾ ਦੀ ਟੀਮ ਦੇ ਹਿੱਸੇ, ਪੁਆਇੰਟ ਦਾ ਵਾਧਾ ਹੁੰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਨਿਰਭੈ ਕੋਸੇ ਕੋਟਲੇ ਪਿੰਡ ਵਾਲਾ ਕਬੱਡੀ ਪਾ ਰਿਹਾ, ਜਿਹੜੇ ਚਾਰ ਜਾਫੀ ਸੁਨੇਹਰਾ ਦੀ ਧਰਤੀ ਦੇ ਹੈ। ਹੁਣ ਦੇਖਾਂਗੇ ਵੀ ਕੋਸੇ ਕੋਟਲੇ ਵਾਲੇ ਨਿਰਭੈ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ, ਕੌਣ ਲੋਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰੂਗੇ ਤੇ ਸਮਾਂ ਦੱਸੂ। ਲਓ ਪੁਆਇੰਟ ਕੋਸੇ ਕੋਟਲੇ ਵਾਲਾ ਨਿਰਭੈ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਹੈ, ਚਾਰ ਜਾਫੀ ਕਹਿੰਦੇ ਵੀ ਇੱਕੋ ਜਿਹੇ ਸਰੀਰ ਹੈ, ਇੱਕੋ ਜਿਹੀਆਂ ਮਿਹਨਤਾਂ ਨੇ, ਪਰ ਜਿਹੜੀਆਂ ਖੁਰਾਕਾਂ ਉਹ ਵੱਖੋ ਵੱਖਰੀਆਂ ਨੇ। ਉਹ ਸਾਹਮਣੇ ਕਹਿੰਦੇ ਵੀ ਗਰਮੀ ਵੀ ਪੂਰੇ ਜੋਗਣ ਤੇ ਹੈ, ਨਾਲ ਠੰਡੀ ਠੰਡੀ ਹਵਾ ਵੀ ਚੱਲਦੀ ਹੈ ਤੇ ਸੱਜਣਾ ਦੇ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਪਤਾ ਨੀ ਕਿਉਂ ਫੇਰ ਵੀ ਮੋਹ ਜੀ ਆਈ ਜਾਂਦਾ, ਭਾਵੇਂ ਸਾਡੇ ਮੱਚ ਗਏ ਨੇ ਪੈਰ, ਪਤਾ ਨੀ ਕਿਉਂ ਫੇਰ ਵੀ ਮੋਹ ਜੀ ਆਈ ਜਾਂਦਾ, ਭਾਵੇਂ ਸਾਡੇ ਮੱਚ ਗਏ ਨੇ ਪੈਰ। ਜਿਹੜਾ ਵਰੇ ਤੇ ਗੱਦਾ ਹੋਰ ਦਾ ਮੈਚ ਸੀ, ਵਰਿਆਂ ਦੀ ਟੀਮ ਦੇ 2 ਪਲੇਅਰ ਸਟੇਜ ਤੇ ਪੁੱਜਣ, ਕਿਰਪਾ ਕਰਕੇ ਵਰਿਆਂ ਦੀ ਟੀਮ ਦੇ 2 ਪਲੇਅਰ ਕਿਰਪਾ ਕਰਕੇ ਸਟੇਜ ਤੇ ਪੁੱਜਣ। ਇਹ ਪ੍ਰਬੰਧਕੀ ਕਮੇਟੀ ਦਾ ਜਿਹੜਾ ਹੁਕਮ ਹੈ, ਬੇਨਤੀ ਉਹਨਾਂ ਦੀ ਵੀ 2 ਪਲੇਅਰ ਵਰਿਆਂ ਦੀ ਟੀਮ ਦੇ। ਕੋਨੇ ਤੈਨੂੰ ਪੁਆਇੰਟ ਮਿਲ ਗਿਆ, ਤੈਨੂੰ ਰੈਫਰੀ ਪੁਆਇੰਟ ਦੇਈ ਜਾਂਦਾ, ਤੂੰ ਚੱਲ, ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ, ਤੂੰ ਆਪਣੀ ਨਵੇੜ, ਤੈਨੂੰ ਹੋਰ ਨਾਲ ਕੀ, ਤੈਨੂੰ ਪੁਆਇੰਟ ਨਾਲ ਪੁਆਇੰਟ ਮਿਲ ਗਿਆ ਚੱਲ। ਲਓ ਸਾਹਮਣੇ ਦੇਖਾਂਗੇ ਵੀ ਹੁਣ ਸੁਨੇਹਰਾ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਦੇਖਾਂਗੇ ਵੀ ਹੁਣ ਕਹਿੰਦੇ ਵੀ ਕੌਣ ਬੱਲੇ ਬੱਲੇ ਕਰਵਾਊ, ਚਾਰੇ ਜਾਫੀ ਪਿੱਛੇ ਨੂੰ ਹਟਦੇ ਜਾ ਰਹੇ ਨੇ, ਹਲਕਾ ਹਲਕਾ ਪਰਛਾਵਾਂ ਵੀ ਪਿੱਛੇ ਨੂੰ ਹਟਿਆ। ਲਓ ਦੇਖਾਂਗੇ ਵੀ ਹੁਣ ਕੌਣ ਪਿੱਛੇ ਹਟੂ, ਕੌਣ ਵੱਧ ਕੇ ਜਾਫਾ ਲਾਊ। ਲਓ ਸਾਹਮਣੇ ਕਹਿੰਦੇ ਵੀ ਰੱਖਿਆ ਧੌਣ ਤੇ ਹੱਥ, ਜਿਵੇਂ ਗੱਡੀਆਂ ਵਾਲੇ ਬਲਦ ਦੀ ਪੂਛ ਤੇ ਰੱਖਦੇ ਆ, ਤੇ ਪੁਆਇੰਟ ਕਹਿੰਦੇ ਵੀ ਰੇਡਰ ਦਾ, ਸੁਨੇਹਰਾ ਦੀ ਟੀਮ ਦੇ ਹਿੱਸੇ। ਵੱਧ ਪਲੇਅਰ ਕਿਰਪਾ ਕਰਕੇ ਬੈਠ ਜਾਣ, ਮੇਰੀ ਬੇਨਤੀ ਹੈ ਬਲਕਰਨ ਵੱਡੇ ਬਾਈ ਸਾਈਡ ਤੇ ਬੈਠ ਜਾਓ, ਬੇਨਤੀ ਹੈ ਪ੍ਰਬੰਧਕ ਵੀਰਾਂ ਵੱਲੋਂ, ਜਿਹੜੇ ਸਪੇਅਰ ਹੈ ਕਿਰਪਾ ਕਰਕੇ ਬੈਠ ਜਾਣ, ਮੇਰੀ ਬੇਨਤੀ ਹੈ। ਲਓ ਸਾਹਮਣੇ ਨਿਰਭੈ ਖੋਸੇ ਕੋਟਲੇ ਵਾਲਾ ਕਹਿੰਦੇ ਵੀ ਪੁਆਇੰਟ ਦਾ ਵਾਧਾ ਕਰ ਗਿਆ ਨੌਜਵਾਨ ਆਪਣੀ ਟੀਮ ਦੇ ਲਈ। ਇਹਦੇ ਨਾਲ ਹੀ ਇਹ ਮੈਚ ਸਮਾਪਤ ਹੈ, ਲਿਆ ਵੀ ਸੁੱਖਿਆ, ਉਹਨੂੰ ਕਿੰਨੀਆਂ ਕੁ ਲਕੀਰਾਂ ਵੱਜੀਆਂ ਨੇ ਤੇਰੀ ਕਾਪੀ ਤੇ। ਭਲੂਰ ਦੀ ਟੀਮ ਜੇਤੂ ਇਸ ਮੈਚ ਦੇ ਵਿੱਚੋਂ, ਭਲੂਰ ਦੀ ਟੀਮ ਜੇਤੂ ਹੈ, ਪ੍ਰਬੰਧਕੀ ਕਮੇਟੀ ਨੋਟ ਕਰ ਰਹੀ, ਭਲੂਰ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ। ਅਗਲੇ ਮੈਚ ਦੇ ਲਈ ਰੌਲੀ ਤੇ ਰੱਜੀ ਵਾਲਾ ਆ ਜਾਣ ਕਿਰਪਾ ਕਰਕੇ, ਰੌਲੀ ਤੇ ਰੱਜੀ ਵਾਲਾ, ਲੋਹਾਮ ਤੇ ਡਰੋਲੀ, ਭਗਤਾ ਭਾਈਕਾ ਤੇ ਕੋਟ ਕਰੋੜ, ਮਾਲਾ ਏ ਤੇ ਸੁਰ ਸਿੰਘ ਵਾਲਾ, ਬਘੇਲਾ ਏ ਤੇ ਡਗਰੂ,
ਮਲਕ ਤੇ ਸਾਖੂ ਵਾਲਾ ਵਰੇ ਤੇ ਹਰਗੋਬਿੰਦ ਗੁਰੂ ਸਰ ਬਘੇਲੇ ਵਾਲਾ ਤੇ ਮਨ ਕੇ ਗਿੱਲ ਇਹਨਾਂ ਸਭ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ ਕਿਰਪਾ ਕਰਕੇ ਇਸ ਤੋਂ ਅਗਲਾ ਮੈਚ ਰੌਲੀ ਤੇ ਰੱਜੀ ਵਾਲਾ ਦਾ ਖੇਡਿਆ ਜਾਣਾ ਹੈ ਲੋਹਾਮ ਤੇ ਡੋਲੀ ਖੇਡਣਗੇ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਗੱਦਾ ਹੂਰ ਦੀ ਟੀਮ ਦੇ ਸਾਰੇ ਪਲੇਅਰ ਸਟੇਜ ਦੇ ਸੱਜੇ ਹੱਥ ਆ ਜਾਣ ਮੇਰੀ ਬੇਨਤੀ ਹੈ ਸਕੂਲ ਦੇ ਸਾਹਮਣੇ ਦੱਦਾ ਹੂਰ ਦੀ ਟੀਮ ਦੇ ਸਾਰੇ ਪਲੇਅਰ ਕਿਰਪਾ ਕਰਕੇ ਸਟੇਜ ਦੇ ਰਾਈਟ ਹੈਂਡ ਆ ਜਾਣ ਮੇਰੀ ਬੇਨਤੀ ਹੈ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਰੌਲੀ ਦੇ ਰੱਜੀ ਵਾਲਾ ਅਗਲੇ ਮੈਚਾਂ ਲਈ ਆਪਾਂ ਬੇਨਤੀ ਕਰਦੇ ਹਾਂ ਵੀ ਲੋਹਾਮ ਤੇ ਡਰੋਲੀ ਇਹ ਟੀਮਾਂ ਕਿਰਪਾ ਕਰਕੇ ਆ ਜਾਣ ਭਗਤਾ ਭਾਈਕਾ ਦੇ ਕੋਟ ਕਰੋੜ ਮਾਲਾ ਤੇ ਸੁਰ ਸਿੰਘ ਵਾਲਾ ਬਘੇਲਾ ਏ ਤੇ ਡਗਰੂ ਸਾਖੂ ਵਾਲਾ ਤੇ ਮਲਕ ਵਰੇ ਤੇ ਹਰਗੋਬਿੰਦ ਮਾਣੂ ਕੇ ਗਿੱਲ ਤੇ ਬਘੇਲੇ ਵਾਲਾ ਸਭ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਅਗਲੇ ਮੈਚਾਂ ਲਈ ਬੇਨਤੀ ਹੈ ਲੋਹਾਮ ਤੇ ਡਰੋਲੀ ਦੀਆਂ ਟੀਮਾਂ ਲੋਹਾਮ ਵਰਸਿਜ ਡਰੋਲੀ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਅਗਲੇ ਮੈਚਾਂ ਲਈ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਲਓ ਦੇਖਦੇ ਹਾਂ ਵੀ ਸਾਹਮਣੇ ਹੁਣ ਬੂਟੇ ਦੀ ਪਾਈ ਹੋਈ ਕਬੱਡੀ ਉਹ ਨੌਜਵਾਨ ਕਹਿੰਦੇ ਵੀ ਸਿਰੇ ਦਾ ਪਲੇਅਰ ਹੈ ਚੀਮਿਆਂ ਦੇ ਕਬੱਡੀ ਕੱਪ ਦਾ ਬੈਸਟ ਰਿਹਾ ਤੇ ਹੁਣ ਕਹਿੰਦੇ ਵੀ ਬਾਬੇ ਜੋਗਿੰਦਰ ਸਿੰਘ ਦਾ ਪੜ ਪੋਤਰ ਹੈ ਤੇ ਮੱਘਰ ਸਿੰਘ ਦਾ ਪੋਤਰ ਹੈ ਸਰਦਾਰ ਸੁਖਮੰਦਰ ਸਿੰਘ ਤੂਰ ਦਾ ਸਪੁੱਤਰ ਕਹਿੰਦੇ ਵੀ ਪਹਿਲੀ ਕਬੱਡੀ ਤੇ ਜਾਫਾ ਖਾ ਗਿਆ ਪੁਆਇੰਟ ਜਿਹੜਾ ਰੌਲੀ ਦੀ ਟੀਮ ਦੇ ਸੀ ਰੌਲੀ ਪਿੰਡ ਕਹਿੰਦੇ ਵੀ ਬਾਬਾ ਮਾਨ ਦਾਸ ਦੀ ਧਰਤੀ ਹੈ ਇੱਥੋਂ ਦੇ ਸਿੱਪੀ ਗੱਲ ਨੇ ਕਹਿੰਦੇ ਬੱਲੇ ਬੱਲੇ ਕਰਵਾ ਦੀ ਜੇ ਗੀਤਾਂ ਦੀ ਗੱਲ ਕਰੀਏ ਕਹਿੰਦੇ ਵੀ ਜੇ ਗਾਇਕੀ ਦੇ ਖੇਤਰ ਦੀ ਗੱਲ ਕਰੀਏ ਉਸੇ ਪਿੰਡ ਦਾ ਕਹਿੰਦੇ ਵੀ ਨੌਜਵਾਨ ਪਿੰਡੀ ਕਨੇਡਾ ਵਸ ਗਿਆ ਪੱਕੇ ਤੌਰ ਤੇ ਆਹ ਖਿਡਾਰੀ ਦਾ ਕਹਿੰਦੇ ਵੀ ਜੀਤਾ ਨਾਮ ਹੈ ਰੌਲੀ ਪਿੰਡ ਨੌਜਵਾਨ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਹ ਕਹਿੰਦੇ ਵੀ ਰੱਜੀ ਵਾਲੀ ਸ਼ਕੰਦਰ ਦਾ ਪੁੱਤ ਹੈ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਇਹ ਪੁਆਇੰਟ ਕਹਿੰਦੇ ਵੀ ਰੌਲੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਆਹ ਨੌਜਵਾਨ ਕਹਿੰਦੇ ਵੀ ਪੰਜਾਬ ਦੇ ਜਿਹੜੇ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਿਆ ਤੇ ਪਲੱਸ ਟੂ ਤੋਂ ਬਾਅਦ ਗੁਰੂ ਨਾਨਕ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ ਨਿੱਕਾ ਰੱਜੀ ਵਾਲੇ ਪਿੰਡ ਦਾ ਕਹਿੰਦੇ ਜਰਨੈਲ ਸਿੰਘ ਦਾ ਸਪੁੱਤਰ ਹੈ ਮਿਸਤਰੀ ਪਰਿਵਾਰ ਦੇ ਵਿੱਚ ਜਨਮ ਹੋਇਆ ਇਸ ਨੌਜਵਾਨ ਖਿਡਾਰੀ ਦਾ ਪੁਆਇੰਟ ਕਹਿੰਦੇ ਵੀ ਰੱਜੀ ਵਾਲੀ ਦੀ ਟੀਮ ਲਈ ਜੋੜਦਾ ਹੈ ਵੱਡਾ ਭਰਾ ਕਹਿੰਦੇ ਤਾਰਾ ਜੀਤਾਂ ਦਾ ਕੰਮ ਕਰਦਾ ਤੇ ਨਿੱਕਾ ਕਬੱਡੀ ਨਾਲ ਇਸ਼ਕ ਕਰ ਬੈਠਾ ਲੋ ਸਾਹਮਣੇ ਹੁਣ ਦੇਖਾਂਗੇ ਵੀ ਨੌਜਵਾਨ ਰੌਲੀ ਵਾਲਾ ਕਬੱਡੀ ਪਾਉਂਦਾ ਹੋਇਆ ਅੱਧੇ ਮਿੰਟ ਦੇ ਵਿੱਚ ਦੱਦਾ ਹੋਰ ਦੀ ਸਾਰੀ ਟੀਮ ਸਟੇਜ ਤੇ ਰਾਈਟ ਹੈਂਡ ਆ ਜਾਵੇ ਨਹੀਂ ਟੀਮ ਸਕ੍ਰੈਚ ਕਰਾਂਗੇ ਦੱਦਾ ਹੋਰ ਦੀ ਸਾਰੀ ਟੀਮ ਸਟੇਜ ਤੇ ਰਾਈਟ ਹੈਂਡ ਆ ਜਾਵੇ ਨਹੀਂ ਸਾਰੀ ਟੀਮ ਸਕ੍ਰੈਚ ਕਰ ਦਿੱਤੀ ਜਾਣੀ ਹੈ ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਨਿੱਕਾ ਕਹਿੰਦੇ ਵੀ ਪੰਜਾਬ ਦੇ ਕਬੱਡੀ ਕੱਪਾਂ ਦੇ ਆਜ਼ਾਦ ਕਬੱਡੀ ਕਲੱਬ ਐਡਮੈਂਟਲ ਦੀ ਟੀਮ ਲਈ ਖੇਡਦਾ ਹੁਣ ਦੂਜੇ ਪਾਸੇ ਕਹਿੰਦੇ ਵੀ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਦੇ ਮੀਤਾ ਰੌਲੀ ਦੀ ਧਰਤੀ ਦਾ ਲਾ ਤਕੜਾ ਜਾਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ ਮੀਤਾ ਰੌਲੀ ਦੀ ਧਰਤੀ ਦਾ ਜੀਤਾ ਰੌਲੀ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਜੀਤਾ ਰੌਲੀ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਆਹ ਕਹਿੰਦੇ ਵੀ ਨੌਜਵਾਨ ਰੱਜੀ ਵਾਲੇ ਤੇ ਜੁਗਰਾਜ ਪੱਪੀ ਦਾ ਭਤੀਜਾ ਹੈ ਇਹਦੇ ਚਾਚੇ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਸੀ ਦੱਦਾ ਹੂਰ ਦੀ ਟੀਮ ਕਿਰਪਾ ਕਰਕੇ ਸਟੇਜ ਦੇ ਸੱਜੇ ਹੱਥ ਆ ਜਾਵੇ ਨਹੀਂ ਟੀਮ ਸਕ੍ਰੈਚ ਕਰ ਦੇਣੀ ਹੈ ਦੱਦਾ ਹੂਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮ ਜਲਦੀ ਸਟੇਜ ਦੇ ਲਾਗੇ ਆ ਜਾਵੇ ਦੱਦਾ ਹੂਰ ਦੀ ਟੀਮ ਨੂੰ ਮੈਂ ਬੇਨਤੀ ਕਰਦਾ ਲਓ ਸਾਹਮਣੇ ਕਹਿੰਦੇ ਵੀ ਰੌਲੀ ਵਾਲਾ ਮੀਤਾ ਤੇ ਬੂਟਾ ਨੌਜਵਾਨ ਆਪਣੀ ਟੀਮ ਲਈ ਪੁਆਇੰਟ ਜੋੜਦਾ ਬੂਟਾ ਰੱਜੀ ਵਾਲੇ ਪਿੰਡ ਦੇ ਲਈ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ
ਲਓ ਦੇਖਾਂਗੇ ਵੀ ਹੁਣ ਜੀਤਾ ਮਾਈਵਨ ਅਗਲੀ ਕਬੱਡੀ ਪਾਉਂਦਾ ਹੋਇਆ ਤੇ ਕਬੱਡੀ ਖੇਡਣ ਲਈ ਆਉਂਦੇ ਰਹਿਣ ਖੁੱਲੇ ਡੁੱਲੇ ਵੀਜੇ ਇਹਨਾਂ ਖਿਡਾਰੀਆਂ ਦੇ ਦਾਣੇ ਪਾਣੀ ਵਿੱਚ ਲਿਖ ਦੇ ਕੈਨੇਡਾ ਦੇ ਤੂੰ ਬਰਗਰ ਪੀਜੇ ਰਹਿਣ ਨਸ਼ਿਆਂ ਤੋਂ ਦੂਰ ਤੇ ਕਰਨ ਸਰੀਰ ਦੀ ਕੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਬਲਕਾਰ ਸ਼ੂਸ਼ਕ ਪਿੰਡ ਵਾਲਾ ਕਹਿੰਦੇ ਵੀ ਮੁੰਡਾ ਫਿਰੋਜ਼ ਕੁੜੀਆ ਨਾ ਤਕੜਾ ਜੱਸਾ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਨਿੱਕੇ ਦੇ ਲਈ ਸਾਡੇ ਵੀਰ ਗਿੰਦਰੀ ਕਬੱਡੀ ਖਿਡਾਰੀ ਵੱਲੋਂ 100 ਰੁਪਇਆ ਆਪਾਂ ਧੰਨਵਾਦ ਕਰਦੇ ਹਾਂ ਸਾਡਾ ਵੀਰ ਗਿੰਦਰੀ ਕਹਿੰਦੇ ਵੀ ਸਿਰੇ ਦਾ ਪਲੇਅਰ ਹੈ ਉਹਦੇ ਵੱਲੋਂ 100 ਰੁਪਇਆ ਨਿੱਕੇ ਦੇ ਲਈ ਆਪਾਂ ਧੰਨਵਾਦ ਕਰਦੇ ਹਾਂ ਲਓ ਇੱਕ ਪਾਸੇ ਕਹਿੰਦੇ ਵੀ ਲੱਖਾ ਰੌਲੀ ਵਾਲਾ ਆਹ ਕਹਿੰਦੇ ਵੀ ਨੌਜਵਾਨ ਮੀਤਾ ਰੌਲੀ ਵਾਲਾ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜਿਹੜਾ ਨਿੱਕਾ ਰੱਜੀ ਵਾਲੇ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਲਓ ਦੇਖਦੇ ਹਾਂ ਵੀ ਸਾਹਮਣੇ ਨੌਜਵਾਨ ਉਸ ਵੇਲੇ ਜੰਟਾ ਰੱਜੀ ਵਾਲੇ ਦੀ ਧਰਤੀ ਦਾ ਲਾਹ ਤਕੜਾ ਜੱਸਾ ਬੱਲੇ ਬੱਲੇ ਕਰਵਾਉਂਦਾ ਕਹਿੰਦੇ ਵੀ ਪੰਜਾਬ ਦੇ ਜਿਸ ਖੇਡ ਸੀਜ਼ਨ ਦੀ ਗੱਲ ਕਰੀਏ ਤੇ ਕਾਫੀ ਸਾਰੇ ਮੈਚ ਜਿੱਤੇ ਨੇ ਰੱਜੀ ਵਾਲੇ ਦੀ ਟੀਮ ਨੇ ਤੇ ਹੁਣ ਕਹਿੰਦੇ ਵੀ ਜੰਟੇ ਨੇ ਜੱਸਾ ਲਾਇਆ ਆਪਣੀ ਟੀਮ ਦੇ ਲਈ ਤੇ ਪੁਆਇੰਟ ਜਿਹੜਾ ਰੱਜੀ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਬੂਟਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਕਿ ਭਾਈ ਰੂਪੇ ਵਾਲਿਆ ਜ਼ਰੂਰ ਤੱਕ ਪੂਰਦੀ ਜੇ ਬੂਟੇ ਗੱਲ ਹੁੰਦੀ ਵੱਸਦੀ ਹੌਲ ਪੈਂਦੇ ਰਹਿਣ ਸੱਚੀ ਟੁੱਟ ਪੈਣੇ ਆ ਜਿੱਦੇ ਨਾ ਤੇਰਾ ਮੁੱਖ ਤੱਕ ਦੀ ਹੌਲ ਪੈਂਦੇ ਰਹਿਣ ਸੱਚੀ ਟੁੱਟ ਪੈਣੇ ਆ ਜਿੱਦੇ ਨਾ ਤੇਰਾ ਮੁੱਖ ਤੱਕ ਦੀ ਲਓ ਸਾਹਮਣੇ ਲੱਖਾ ਕਹਿੰਦੇ ਵੀ ਸਾਹਮਣੇ ਰੌਲੀ ਵਾਲਾ ਲੱਖਾ ਇਸ ਵੇਲੇ ਘੇਰਾ ਧੱਕਣ ਦੀ ਕੋਸ਼ਿਸ਼ ਕਰਦਾ ਡੱਕਣ ਦੀ ਗੱਲ ਰੱਖਣ ਦੀ ਗੱਲ ਇੱਕ ਪਾਸੇ ਕਹਿੰਦੇ ਵੀ ਬੂਟਾ ਖੋਸੇ ਕੋਟਲੇ ਵਾਲਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ ਨਾਲ ਹੀ ਅਸੀਂ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿੰਨੇ ਵੀ ਵੀਰ ਪੁੱਜੇ ਨੇ ਕਿ ਕੰਮ ਕਾਰ ਛੱਡ ਕਬੱਡੀ ਦੇਖਣ ਲਈ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਲੈਣ ਮੈਚਾਂ ਦੇ ਨਜ਼ਾਰੇ ਕੋਈ ਬੈਠ ਖੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ ਕੇ ਵਾਕਈ ਕਬੱਡੀ ਦਾ ਜਨੂਨ ਬੋਲਦਾ ਜੇ ਲੋਕਾਂ ਦੇ ਸਿਰ ਚੜ ਕੇ ਅਗਲੇ ਮੈਚਾਂ ਲਈ ਲੁਹਾਮ ਤੇ ਡਰੋਲੀ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਲੁਹਾਮ ਵਾਰਸ ਜੋ ਡੋਲੀ ਰੈਂਪੇ ਵਰਗੇ ਮਮਣੇ ਵਰਗੇ ਭੋਜਣੇ ਹੈ ਸਾਡੇ ਵੀਰ ਲੱਖੀ ਵਰਗੇ ਜਿਹੜੇ ਟੌਪ ਦੇ ਪਲੇਅਰ ਲੁਹਾਮ ਤੇ ਡਰੋਲੀ ਨੇ ਖੇਡਣਾ ਹੈ ਭਗਤਾ ਭਾਈਕਾ ਤੇ ਕੋਟ ਕਰੋੜ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਭਗਤਾ ਭਾਈਕਾ ਤੇ ਕੋਟ ਕਰੋੜ ਲਓ ਸਾਹਮਣੇ ਰੌਲੀ ਵਾਲਾ ਮੀਤਾ ਕਹਿੰਦੇ ਘਾਟ ਉੱਤੇ ਬਹਿ ਗਿਆ ਜਿਵੇਂ ਪੱਠਿਆਂ ਵਾਲੀ ਰੇਹੜੀ ਲੱਭ ਕੇ ਭਈਆ ਪੰਡ ਤੇ ਬਹਿੰਦਾ ਹੁੰਦਾ ਤੇ ਪੁਆਇੰਟ ਕਹਿੰਦੇ ਵੀ ਰੌਲੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਹੁਣ ਦੇਖਾਂਗੇ ਵੀ ਜੀਤਾ ਰੌਲੀ ਵਾਲਾ ਰੱਜੀ ਵਾਲੇ ਤੁਸੀਂ ਵੀ ਆਪਣੇ ਆਪ ਨੂੰ ਕਾਫੀ ਖਾਨ ਕਹਾਉਂਦੇ ਹੋ ਉਹਨਾਂ ਨੇ ਕਹਿੰਦੇ ਵੀ ਤੁਹਾਡਾ ਨਿੱਕਾ ਢਾਇਆ ਤੇ ਆ ਹੁਣ ਜੀਤਾ ਸੁੱਕਾ ਨਾ ਜਾਵੇ ਸਵਾਦ ਪਾਏ ਜੇ ਉਹਨੂੰ ਢਾ ਕੇ ਉਹਦੀ ਹਿੱਕ ਤੇ ਬਹਿੰਦੇ ਹੋ ਕਿ ਕਾਲੇ ਪਾਣੀ ਉਹ ਮੌੜ ਨੂੰ ਖੱਤ ਕਿਸ਼ਨੇ ਪਾਇਆ ਬਦਲਾ ਲੈ ਲਈ ਜਾਣਿਆ ਜੇ ਮਾਦਾ ਜਾਇਆ ਕੌਣ ਮਾਈਦਾ ਲਾ ਲੈ ਕੌਣ ਬੱਲੇ ਬੱਲੇ ਕਰਵਾਓ ਉਹ ਸਾਹਮਣੇ ਜੀਤਾ ਰੌਲੀ ਵਾਲਾ ਕਹਿੰਦੇ ਪੁਆਇੰਟ ਆਪਣੀ ਟੀਮ ਲਈ ਜੋੜਦਾ ਮੈਂ ਤੇ ਬੜਾ ਪੰਪ ਮਾਰਿਆ ਸੀ ਪਰ ਕਦਰ ਨਹੀਂ ਕੀਤੀ ਤੁਸੀਂ ਪੁਆਇੰਟ ਕਹਿੰਦੇ ਵੀ ਜੀਤਾ ਰੌਲੀ ਵਾਲਾ ਆਪਣੀ ਟੀਮ ਲਈ ਜੁੜ ਗਿਆ ਹੁਣ ਅਗਲੀ ਕਬੱਡੀ ਦੇਖਾਂਗੇ ਵੀ ਬੂਟਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਆਹ ਮੁੰਡਾ ਕਹਿੰਦੇ ਮਾਪਿਆਂ ਦਾ ਕੱਲਾ ਕੱਲਾ ਪੁੱਤ ਲਓ ਸਾਹਮਣੇ ਜੀ ਨੇ ਹੁਣ ਕਬੱਡੀ ਪਾਈ ਹੈ ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਬੂਟਾ ਖੋਸੇ ਕੋਟਲੇ ਵਾਲਾ ਕਹਿੰਦੇ ਵੀ ਨਸ਼ਿਆਂ ਤੋਂ ਰਹਿਤ ਹੈ ਸੌ ਖਾਧੀ ਜਾ ਸਕਦੀ ਹੈ ਇਸ ਨੌਜਵਾਨ ਖਿਡਾਰੀ ਦੀ ਕਹਿੰਦੇ ਵੀ ਨਾ ਕਿਸੇ ਨਾਲ ਲੜਦਾ ਤੇ ਨਾ ਝਗੜਦਾ ਸਿਫਤ ਕਰਨੀ ਬਣਦੀ ਹੈ ਹੁਣ ਰੌਲੀ ਵਾਲਾ ਕੌਣ ਕਬੱਡੀ ਪਾਊ ਇਹ ਸਮਾਂ ਦੱਸੂ ਜੀਤਿਆ ਤਕੜਾ ਹੋ ਨੌਜਵਾਨ ਜੀਤਾ ਰੌਲੀ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਜੀਤੇ ਦੀ ਪਾਈ ਹੋਈ ਕਬੱਡੀ ਇੱਕ ਪਾਸੇ ਕਹਿੰਦੇ ਵੀ ਬਲਕਾਰਨ ਸ਼ੂਸ਼ਕ ਵਾਲਾ ਮੁੰਡਾ ਫਿਰੋਜ਼ਪੁਰੀ ਹੈ ਲਓ ਸਾਹਮਣੇ ਦੇਖਦੇ ਵੀ ਆਹ ਮੁੰਡਾ ਫਿਰੋਜ਼ਪੁਰੀ ਹੈ ਕਹਿੰਦੇ ਬਲਕਾਰਨ ਸ਼ੂਸ਼ਕ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲਓ ਸਾਹਮਣੇ ਦੇਖਦੇ ਹਾਂ ਵੀ ਫਿਰ ਕਹਿੰਦੇ ਵੀ ਫਸ ਗਿਆ ਤੰਦੂਰ 'ਚ ਬਿੱਲਾ ਤੇ ਪੁਆਇੰਟ ਜਿਹੜਾ ਜਾਫੀਆਂ ਦਾ ਇਹ ਕਹਿੰਦੇ ਵੀ ਪੁਆਇੰਟ ਰੱਜੀ ਵਾਲੇ ਦੀ ਟੀਮ ਦਾ
ਲਓ ਦੇਖਾਂਗੇ ਵੀ ਹੁਣ ਜਿਹੜਾ ਅਗਲਾ ਮੈਚ ਲੋਹਾਮ ਤੇ ਡਰੋਲੀ ਭਾਈ ਦਾ ਖੇਡਿਆ ਜਾਣਾ ਹੈ, ਲੋਹਾਮ ਤੇ ਡਰੋਲੀ ਭਾਈ ਦਾ ਅਗਲਾ ਮੈਚ ਖੇਡਿਆ ਜਾਣਾ ਖੇਡ ਦੇ ਮੈਦਾਨ ਦੇ ਵਿੱਚ, ਭਗਤਾ ਭਾਈਕਾ ਤੇ ਕੋਟ ਕਰੋੜ, ਮਾਲਾ ਏ ਤੇ ਸੁਰ ਸਿੰਘ ਵਾਲਾ, ਬਘੇਲਾ ਏ ਤੇ ਡਾਕੂ ਸਾਫੂ ਵਾਲਾ ਤੇ ਮਾਲਕ, ਵਰੇ ਤੇ ਗੋਬਿੰਦਪੁਰ, ਮਾਣੂ ਤੇ ਗਿਲ ਤੇ ਬਘੇਲੇ ਵਾਲਾ, ਸਭ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ, ਕਿਰਪਾ ਕਰਕੇ ਮੇਰੀ ਬੇਨਤੀ ਹੈ। ਲਓ ਸਾਹਮਣੇ ਰੌਲੀ ਵਾਲਾ ਮੀਤਾ ਕਹਿੰਦੇ ਲੱਕ ਫੜ ਗਿਆ ਕਿ ਦਿੱਲੀ ਗਿਆ ਤੇ ਲਿਆ ਦੀ ਲਹਿੰਗਾ ਵੀ ਲੈ ਜਾ ਮੇਰਾ ਲੱਕ ਮਿਣ ਕੇ। ਤੀਆਂ ਸਕਿੰਟਾਂ ਦੇ ਵਿੱਚ ਨਾ ਤੇ ਦਿੱਲੀ ਪਹੁੰਚਿਆ ਜਾਣਾ ਤੇ ਨਾ ਲੱਕ ਮਿਣਿਆ ਜਾਣਾ, ਇਸੇ ਕਰਕੇ ਪੁਆਇੰਟ ਜਿਹੜਾ ਹੈਲੋ, ਹਾਂ ਸੁੱਖੇ ਬਈ ਕੀ ਗੱਲ ਆ? ਹਾਂ ਬਾਈ, 9:30 ਤੋਂ 10 ਦੀ ਗੱਲ ਆ। ਆਪਾਂ ਰੌਲਾ ਨਹੀਂ ਪਾਉਣਾ, ਜਿਹੜੀ ਪਿਆਰ ਦੇ ਨਾਲ ਕੋਈ ਵੀ ਤੁਸੀਂ ਫੈਸਲਾ ਲੈਣਾ ਹੈ, ਆਪਾਂ ਰੌਲਾ ਨਹੀਂ ਪਾਉਣਾ, ਕਿਉਂਕਿ ਦੋਨੇ ਟੀਮਾਂ ਆਪਣੀਆਂ ਨੇ। ਜੀਤਾ ਕਹਿੰਦੇ ਵੀ ਠੰਡੇ ਠਾਰ ਪਾਣੀ ਦੀ ਘੁੱਟ ਭਰ ਕੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਕਹਿੰਦੇ ਵੀ ਗੁਰਦੇਵ ਮਾਨ ਨੇ ਲਿਖਿਆ ਸੀ ਤੇ ਕਰਮਜੀਤ ਧੂਰੀ ਨੇ ਗਾਇਆ ਸੀ ਵੀ ਠੰਡਾ ਮਿੱਤਰਾਂ ਦੀ ਗੜਬੀ ਦਾ ਸ਼ਰਬਤ ਵਰਗਾ ਪਾਣੀ ਤੇ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ, ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ। ਹੈਲੋ ਤੁਸੀਂ ਆਪ ਸਿਆਣੇ ਰੈਫਰੀ ਰੱਖਦਾ ਵੀ ਹੁੰਦੇ ਆ, ਰੈਫਰੀ ਦਾ ਫੈਸਲਾ ਟੱਲ ਆ, ਰੱਖਦਾ ਰੈਫਰੀ ਦਾ ਫੈਸਲਾ ਹੀ ਮੰਨਿਆ ਜਾਂਦਾ ਬਾਈ ਜੀ। ਹੈਲੋ ਬਾਈ ਜੀ, ਰੈਫਰੀ ਦਾ ਫੈਸਲਾ ਟੱਲ ਹੈ, ਜਿਹੜਾ ਰੈਫਰੀ ਦਾ ਫੈਸਲਾ ਕਰਦਾ ਉਹ ਫਾਈਨਲ ਹੈ।